ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਣ ਪਾਇਓ ਤ੍ਰੇਤੈ ਤੈ ਮਾਣਿਓ ਰਾਮ ਰਘਵੰਸ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ ਉਗਰ ਸੈਣ ਕਉ ਰਾਜ ਅਵੈ ਭਗਤਹਿ ਜਨ ਦੀਓ ਕਲ ਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬਚਲ ਅਟਲ ਆਦ ਪੁਰਖ ਫੁਰਮਾਇਓ ਤੂੰ ਸੁਲਤਾਨ ਕਹਾਂ ਹਉ ਮੀਆਂ ਤੇਰੀ ਕਵਨ ਵਡਾਈ ਜੋ ਤੂੰ ਦੇ ਸੋ ਕਹਾਂ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਵਿਸ਼ਵ ਦੀ ਇਕਲੌਤੀ ਆਸ ਗਿਆਨ ਦੇ ਮੁਜਸ਼ਮੇ ਮਨੁੱਖਤਾ ਦੇ ਚਾਨਣ ਸ਼ਬਦ ਗੁਰੂ ਧੰਨ ਸ਼੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਗੋਦ ਅੰਦਰ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਨਾਲ ਸ਼ਿੰਗਾਰੀ ਹੋਈ ਪਵਿੱਤਰ ਧਰਤੀ 'ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਉਂਦੇ ਹਾਂ। ਗੁਰੂ ਕੀ ਬਾਣੀ ਗੁਰੂ ਕੇ ਇਤਿਹਾਸ ਦੀਆਂ ਪੀੜ੍ਹੀਆਂ ਸਾਂਝਾਂ ਪਾ ਕੇ ਗੁਰੂ ਪ੍ਰੇਮ ਵਿੱਚ ਗੜੁੰਦ ਆਪਣੀ ਆਤਮਾ ਨੂੰ ਤਸਕੀਨ ਦੇ ਰਹੇ ਸਮੂਹ ਗੁਰਸਿੱਖ ਸਤਸੰਗੀ ਜਨੋ, ਆਓ ਜ਼ਿੰਦਗੀ ਦੇ ਕੁਝ ਪਲ ਸਫਲੇ ਕਰਦੇ ਹਾਂ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਅਸੀਸ ਬਖਸ਼ਿਸ਼ ਕਰੋ ਅਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜੇ ਕਿਤੇ ਸਾਨੂੰ ਬਾਹਰੋਂ ਇਹਨਾਂ ਦੇ ਦਰਸ਼ਨ ਦੀਦਾਰ ਹੋ ਜਾਣ ਤਾਂ ਮੈਨੂੰ ਲੱਗਦਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਦੇ ਦਰਸ਼ਨ ਕੀਤਿਆਂ ਤੋਂ ਬਿਨਾਂ ਰਹਿ ਹੀ ਨਹੀਂ ਸਕਦੇ। ਬਾਹਰੋਂ ਤੋਂ ਭਾਵ ਕਈ ਵਾਰ ਅਸੀਂ ਕਿਸੇ ਦਾ ਮਕਾਨ ਮਹੱਲ ਕੋਠੀ ਵਿੱਲਾ ਬਾਹਰੋਂ ਦੇਖ ਕੇ ਦਿਲ ਕਰਦਾ ਕਿ ਅੰਦਰੋਂ ਜ਼ਰੂਰ ਦੇਖਣਾ ਹੈ ਅਤੇ ਬਾਹਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੈਂ ਆਪਣੇ ਵਿਸ਼ੇ ਵੱਲ ਆਵਾਂਗਾ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਇਸ਼ਾਰਾ ਆਇਆ ਸੀ ਸ਼ੁਰੂ ਕੀਤਾ ਜਾਵੇ। ਚਾਂਦਨੀ ਹੈ, ਚੌਰ ਹੈ, ਸੁੰਦਰ ਪਛਾਕੇ ਹਨ, ਇਸ ਤੋਂ ਇਲਾਵਾ ਵੀ ਕੁਛ ਹੈ। ਬਾਹਰ ਜ਼ਿਲਦ ਦੇ ਉੱਪਰ 6 ਅੱਖਰ ਲਿਖੇ ਨੇ। ਮੈਂ ਆਪਣੇ
ਵਕਤ ਨੂੰ ਧਿਆਨ 'ਚ ਰੱਖਦਿਆਂ ਦੋ ਅੱਖਰਾਂ ਦੀ ਸਾਂਝ ਕਰਕੇ ਅਤੇ ਬਾਕੀ ਵਿਸ਼ਾ ਕਿਰਤ ਨਾਮ ਜਪਣਾ ਅਤੇ ਕਿਰਤ ਕਰਨਾ ਅਤੇ ਵੰਡ ਕੇ ਛਕਣਾ 'ਤੇ ਆਵਾਂਗਾ। ਪਹਿਲਾ ਅੱਖਰ ਹੈ ਆਦ। ਆਦ ਅੱਖਰ ਦਾ ਅੱਖਰੀ ਅਰਥ ਹੁੰਦਾ ਹੈ ਮੁੱਢ। ਆਦ ਅੱਖਰ ਦਾ ਅੱਖਰੀ ਅਰਥ ਹੁੰਦਾ ਹੈ ਪਹਿਲਾ, ਸ਼ੁਰੂ। ਜਦੋਂ ਇਤਿਹਾਸ ਦੇ ਪੱਤਰਿਆਂ ਨੂੰ ਫਰੋਲੀਏ ਅਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ 1604 ਵਿੱਚ ਹੋਈ, ਪਹਿਲਾ ਪ੍ਰਕਾਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਇਆ, ਕੀ ਇਸ ਤੋਂ ਪਹਿਲਾਂ ਹੋਰ ਕੋਈ ਗ੍ਰੰਥ ਨਹੀਂ ਲਿਖਿਆ ਗਿਆ, ਧਾਰਮਿਕ ਗ੍ਰੰਥ ਨਹੀਂ ਲਿਖਿਆ ਗਿਆ? ਕੁਐਸਚਨ ਸਵਾਲ ਮਨ ਵਿੱਚ ਉਤਪੰਨ ਹੋਇਆ। ਜਿੰਨਾ ਕੁ ਗੁਰੂ ਸਾਹਿਬ ਨੇ ਕਿਰਪਾ ਕੀਤੀ ਉਹਦੇ 'ਚੋਂ ਚੰਦ ਹਰਫ ਸਾਂਝੇ ਕਰਾਂਗਾ। ਸਵਾਲ ਇਹ ਸੀ ਕਿ ਪਹਿਲਾਂ ਤਾਂ ਬਹੁਤ ਸਾਰੇ ਗ੍ਰੰਥ ਲਿਖੇ ਗਏ, ਧਾਰਮਿਕ ਗ੍ਰੰਥ ਲਿਖੇ ਗਏ, ਫਿਰ ਇਹਨੂੰ ਅਸੀਂ ਆਦਿ ਕਿਉਂ ਆਖਦੇ ਹਾਂ? ਅਤੇ ਜਦੋਂ ਇਹ ਸਮਝ ਪਈ, ਆਦਿ ਕਾਲ ਤੋਂ ਜਦੋਂ ਤੋਂ ਸ੍ਰਿਸ਼ਟੀ ਹੋਂਦ ਵਿੱਚ ਆਈ, ਜਿੰਨੇ ਨਾਵਾਂ ਨਾਲ ਪਰਮਾਤਮਾ ਨੂੰ ਯਾਦ ਕੀਤਾ ਗਿਆ, ਉਹ ਸਾਰੇ ਨਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਮੌਜੂਦ ਨੇ। ਪਹਿਲਾ ਨੁਕਤਾ ਹੈ। ਦੂਸਰਾ ਨੁਕਤਾ ਇਸ ਤੋਂ ਵੀ ਕਿਤੇ ਵਧੀਕ ਹੈ, ਮੈਂ ਸੰਖੇਪ ਕਰ ਰਿਹਾ, ਸ਼ੋਰਟ ਕਰ ਰਿਹਾ। ਜਿੰਨੇ ਵੀ ਗ੍ਰੰਥ ਲਿਖੇ ਗਏ, ਖਾਸ ਕਰਕੇ ਧਾਰਮਿਕ ਗ੍ਰੰਥ ਲਿਖੇ ਗਏ, ਧਾਰਮਿਕ ਗ੍ਰੰਥ ਪੈਗੰਬਰਾਂ ਦੇ ਜਾਣ ਤੋਂ ਬਹੁਤ ਸਮਾਂ ਬਾਅਦ 'ਚੋਂ ਲਿਖੇ ਗਏ। ਅਤੇ ਇੱਕ ਗੱਲ ਜ਼ਿਹਨ 'ਚ ਜ਼ਰੂਰ ਰੱਖਿਓ, ਕਿਸੇ ਨੂੰ ਕੋਈ ਦੋ ਲਾਈਨਾਂ ਦਾ ਮੈਸੇਜ ਦੇਣ ਲਈ ਕਹਿ ਦਈਏ ਕਿ ਮੇਰਾ ਮੈਸੇਜ ਫਲਾਨੇ ਤੱਕ ਪਹੁੰਚਾ ਦੇਵੀਂ, ਜਦੋਂ ਉਹ ਮੈਸੇਜ ਦੂਸਰੇ ਬੰਦੇ ਦੇ ਰਾਹੀਂ ਪਹੁੰਚਦਾ ਹੈ ਤਾਂ ਉਹਦੀ ਕਈ ਵਾਰਾਂ ਬਿਲਕੁਲ ਸੈਂਸ ਬਦਲ ਜਾਂਦੀ ਹੈ, ਉਹਦਾ ਮੀਨਿੰਗ ਅਰਥ ਬਦਲ ਜਾਂਦਾ ਹੈ, ਅਤੇ ਉਹ ਕਲੇਸ਼ ਦਾ ਕਾਰਨ ਦੋ ਸ਼ਬਦਾਂ ਦਾ ਮੈਸੇਜ ਬਣ ਜਾਂਦਾ ਹੈ। ਜਿਹੜੇ ਗ੍ਰੰਥ ਪੈਗੰਬਰਾਂ ਦੇ ਜਾਣ ਤੋਂ ਬਹੁਤ ਸਮਾਂ ਬਾਅਦ 'ਚੋਂ ਲਿਖੇ ਗਏ, ਉਹਨਾਂ ਦੇ ਵਿੱਚ ਕਿੰਨਾ ਕੁ ਅੰਤਰ ਆ ਗਿਆ, ਇਹਦੇ 'ਤੇ ਮੈਂ ਕੁਝ ਕਹਿਣਾ ਤਾਂ ਨਹੀਂ ਚਾਹੁੰਦਾ, ਸਿਰਫ ਅਨੁਭਵ ਕਰ ਲੈਣਾ। ਇਹ ਪਹਿਲਾ ਗ੍ਰੰਥ ਹੈ ਜਿਹਨੂੰ ਪੈਗੰਬਰ ਨੇ ਆਪ ਕੋਲ ਬੈਠ ਕੇ ਲਿਖਵਾਇਆ, ਭਾਈ ਸਾਹਿਬ ਭਾਈ ਗੁਰਦਾਸ ਜੀ ਤੋਂ। ਪਹਿਲਾ ਗ੍ਰੰਥ ਹੈ ਜਿਹਨੂੰ ਆਪ ਪੈਗੰਬਰ ਨੇ ਕੋਲ ਬੈਠ ਕੇ ਇਹ ਲਿਖਵਾਇਆ, ਅਤੇ ਇਹ ਪਹਿਲਾ ਗ੍ਰੰਥ ਹੈ। ਕਦੀ ਕਿਸੇ ਗ੍ਰੰਥ ਦੇ ਚਰਨਾਂ ਵਿੱਚ ਕਿਸੇ ਪੈਗੰਬਰ ਨੇ, ਕਿਸੇ ਲੇਖਕ ਨੇ ਸਿਰ ਨਹੀਂ ਰੱਖਿਆ, ਇਹ ਪਹਿਲਾ ਗ੍ਰੰਥ ਹੈ। 1604 ਵਿੱਚ ਆਪ ਸੰਪਾਦਨਾ ਕਰਵਾ ਕੇ ਆਪ ਪ੍ਰਕਾਸ਼ ਕਰਵਾਇਆ, ਆਪ ਮਾਣ ਪੋਥੀ ਪਰਮੇਸ਼ਰ ਕਾ ਥਾਨ ਦਿੱਤਾ, ਅਤੇ ਆਪ 1708 ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਸਿਰ ਰੱਖ ਕੇ ਇਹ ਗੱਲ ਕਹੀ, ਆਗਿਆ ਭਈ ਅਕਾਲ ਕੀ ਤਬੇ ਚਲਾਇਓ, ਸਭ ਸਿੱਖਣ ਕੋ ਗੁਰੂ ਮਾਨਿਓ। ਗੁਰੂ ਪਦਵੀ ਜੇ ਹਾਸਲ ਹੈ, ਵੇਖੋ ਤੀਸਰਾ ਨੁਕਤਾ ਨਾਲ ਜੁੜ ਗਿਆ, ਪਹਿਲਾ ਕਿ ਇਹ ਆਪ ਲਿਖਾਇਆ, ਦੂਸਰਾ ਅਤੇ ਤੀਸਰਾ ਨੁਕਤਾ ਹੈ ਕਿ ਇਹਨੂੰ ਗੁਰੂ ਗੱਦੀ ਹਾਸਲ ਹੈ। ਇੱਕੋ ਇੱਕ ਗ੍ਰੰਥ ਹੈ ਸੰਸਾਰ ਦੇ ਅੰਦਰ ਜਿਹਦੇ ਕੋਲ ਗੁਰੂ ਪਦਵੀ ਹੈ। ਸੰਖੇਪ ਕਰ ਦੇਵਾਂ, ਇਸ ਤੋਂ ਅਗਲਾ ਅੱਖਰ ਹੈ ਸ਼੍ਰੀ। ਸ਼੍ਰੀ ਅੱਖਰ ਦਾ ਅੱਖਰੀ ਅਰਥ ਹੁੰਦਾ ਹੈ ਸਿਰਮੌਰ, ਸ਼੍ਰੋਮਣੀ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਿਰਮੌਰਤਾ ਦੱਸਣੀ ਹੋਵੇ, ਇੱਕ ਜ਼ਿੰਦਗੀ ਨਹੀਂ, ਕਰੋੜਾਂ ਵਾਰ ਜਨਮ ਲੈ ਕੇ ਕਰੋੜਾਂ ਜੀਵਨ ਲਾ ਦਿੱਤੇ ਜਾਣ ਤਾਂ ਵੀ ਥੋੜ੍ਹੇ ਨੇ। ਥੋੜ੍ਹਾ ਜਿਹਾ ਸੰਖੇਪ ਵਿੱਚ ਸਮਝਣ ਅਤੇ ਸਮਝਾਉਣ ਵਾਸਤੇ, ਕਿਸੇ ਵੀ ਗ੍ਰੰਥ ਦੀ ਸਰਮੌਰਤਾ ਦੇਖਣੀ ਹੋਵੇ ਸਭ ਤੋਂ ਪਹਿਲਾਂ ਉਹਦਾ ਨਾਂ ਦੇਖਿਆ ਜਾਂਦਾ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਨਾਂ ਹੀ ਆਪਣੇ ਆਪ ਵਿੱਚ ਸ਼੍ਰੋਮਣੀ ਹੈ। ਦੂਸਰੀ ਨਜ਼ਰ ਜਾਂਦੀ ਉਹਦੇ ਤਤਕਰੇ 'ਤੇ, ਕਿਹੜੇ ਕਿਹੜੇ ਸਬਜੈਕਟ ਨੇ, ਉਹ ਸਬਜੈਕਟ ਮੇਰੀ ਲਾਈਫ ਦੇ ਨਾਲ ਰਿਲੇਟਡ ਹਨ। ਧੰਨ ਗੁਰੂ ਗ੍ਰੰਥ ਸਾਹਿਬ ਜੀ ਤਤਕਰੇ ਤੋਂ ਵੀ ਸ਼੍ਰੀ ਨੇ। ਅਤੇ ਫਿਰ ਤੀਸਰੀ ਗੱਲ ਇਹ ਜਾਂਦੀ ਹੈ ਕਿ ਜਿਹੜੇ ਸਬਜੈਕਟ ਵਿੱਚ ਦਿੱਤੇ ਨੇ ਉਹਨਾਂ ਨਾਲ ਉਸ ਗ੍ਰੰਥ ਨੂੰ ਲਿਖਣ ਵਾਲੇ ਨੇ ਇਨਸਾਫ ਕਿੰਨਾ ਕੁ ਕੀਤਾ ਹੈ। ਇਹ ਗੱਲ ਵਾਚਣ ਲਈ ਹਰ ਮਨੁੱਖ ਪਹਿਲਾਂ ਗ੍ਰੰਥ ਦਾ ਭੂਮਿਕਾ ਨੂੰ ਪੜ੍ਹਦਾ ਹੈ। ਕਿਸੇ ਨੇ ਭੂਮਿਕਾ 10 ਸਫ਼ਿਆਂ ਵਿੱਚ, ਕਿਸੇ ਨੇ 20 ਸਫ਼ਿਆਂ ਵਿੱਚ। ਇੱਕ ਛੋਟੀ ਜਿਹੀ ਕਿਤਾਬ 125 ਸਫ਼ੇ ਦੇ ਕਰੀਬ ਲਿਖੀ ਹੈ ਲਾਲਾ ਦੌਲਤ ਰਾਏ ਨੇ, ਉਸ ਕਿਤਾਬ ਦੇ ਵਿੱਚ 62 ਸਫ਼ੇ ਭੂਮਿਕਾ ਦੇ ਨੇ। ਫਿਰ ਉਸ ਭੂਮਿਕਾ ਵਿੱਚੋਂ ਦੇਖਿਆ ਜਾਂਦਾ ਕਿ ਇਹਦੇ ਵਿੱਚ ਇਨਸਾਫ ਸਬਜੈਕਟ ਨਾਲ ਕਿੰਨਾ ਕੁ ਕੀਤਾ ਹੋਇਆ ਹੈ। ਜੇ ਭੂਮਿਕਾ ਦੀ ਗੱਲ ਕਰੀਏ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ 1430 ਅੰਕਾਂ ਦੀ ਦਾ ਗ੍ਰੰਥ ਹੋਵੇ, ਜਿਹਦੀ ਭੂਮਿਕਾ ਕੇਵਲ 8 ਅੰਕ ਦੇ ਅੰਦਰ ਹੋਵੇ, ਭਾਵ ਜਪਜੀ ਸਾਹਿਬ ਵਿੱਚ, ਤੱਤ ਨਿਚੋੜ ਜਪਜੀ ਸਾਹਿਬ ਦੇ ਵਿੱਚ, ਇੰਨਾ ਵੱਡਾ ਗ੍ਰੰਥ ਅਤੇ ਜਿਹਦੀ ਇੰਨੀ ਛੋਟੀ ਭੂਮਿਕਾ, ਜਿਹਦੇ ਵਿੱਚ ਹਰ ਸਬਜੈਕਟ ਦਾ ਬਿਲਕੁਲ ਤੱਤ ਦਿੱਤਾ ਹੋਇਆ ਹੈ, ਅਤੇ ਇਸ ਤੋਂ ਵੀ ਛੋਟੀ ਭੂਮਿਕਾ ਹੈ।
ਗੁਰੂ ਗ੍ਰੰਥ ਸਾਹਿਬ ਦੀ ਭੂਮਿਕਾ ਜਪਜੀ ਸਾਹਿਬ ਅੰਦਰ ਹੈ, ਜਪਜੀ ਸਾਹਿਬ ਦੀ ਭੂਮਿਕਾ ਮੂਲ ਮੰਤਰ ਦੇ ਅੰਦਰ ਹੈ, ਨੌ ਸ਼ਬਦਾਂ ਦੇ ਅੰਦਰ ਹੈ। ਅਤੇ ਇਸ ਤੋਂ ਵੀ ਛੋਟੀ ਭੂਮਿਕਾ, ਮੂਲ ਮੰਤਰ ਦੀ ਭੂਮਿਕਾ ਇੱਕ ਦੇ ਅੰਦਰ ਹੈ, ਕੇਵਲ ਇੱਕ ਅੱਖਰ। 1430 ਅੰਕ ਦਾ ਗ੍ਰੰਥ ਹੋਵੇ ਜਿਹਦੀ ਭੂਮਿਕਾ ਕੇਵਲ ਇੱਕ ਅੱਖਰ ਦੇ ਅੰਦਰ ਹੋਵੇ, ਇਹ ਸੰਸਾਰ 'ਤੇ ਨਹੀਂ ਮਿਲਦਾ, ਨਹੀਂ ਕੋਈ ਲਿਖ ਸਕਦਾ। ਅਤੇ ਮੈਨੂੰ ਕਹਿਣ ਦੇਣਾ ਜੇ ਭੂਮਿਕਾ ਤੋਂ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੀਏ ਤਾਂ ਵੀ ਸ਼੍ਰੀ ਨੇ, ਸ਼੍ਰੋਮਣੀ ਨੇ, ਸਿਰਮੌਰ ਨੇ, ਇਹਨਾਂ ਦੀ ਸਿਰਮੌਰਤਾ ਜੇ ਸਾਇੰਸ ਤੋਂ ਦੇਖੀਏ, ਕਿਉਂਕਿ ਅੱਜ ਹਰ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਾਇੰਸ ਦੀਆਂ ਉਪਲਬਧੀਆਂ ਮਾਣ ਰਿਹਾ ਅਤੇ ਜਾਣਦਾ ਹੈ ਕਿ ਅਸੀਂ ਸਾਇੰਸ ਤੋਂ ਬਹੁਤ ਪ੍ਰਭਾਵਿਤ ਹਾਂ। ਲੇਕਿਨ ਜਿੱਥੇ ਸਾਇੰਸ ਨਹੀਂ ਪਹੁੰਚੀ ਸਹਿ ਪਿਤਾ, ਤਾਂ ਉੱਥੇ ਪਹੁੰਚ ਗਏ। ਜਿੱਥੇ ਪਤਾਲਾਂ ਲੱਖਾਂ ਦੀ ਗੱਲ ਕੀਤੀ, ਲੱਖਾਂ ਆਕਾਸ਼ਾਂ ਦੀ ਗੱਲ ਕੀਤੀ, ਉੱਥੇ ਇਹ ਵੀ ਗੱਲ ਕੀਤੀ। ਸਾਇੰਸ ਦੀ ਬਿਗ ਬੈਂਗ ਥਿਊਰੀ ਕਹਿੰਦੀ ਕਿ ਇਹ ਸ੍ਰਿਸ਼ਟੀ ਕਿਵੇਂ ਬਣੀ, ਕਹਿੰਦੇ ਬਹੁਤ ਵੱਡਾ ਗੈਸੀ ਹਵਾਵਾਂ ਦਾ ਟਕਰਾਓ ਹੋਇਆ, ਪਾਣੀ ਬਣਿਆ, ਅਮੀਬਾ ਬਣਿਆ ਅਤੇ ਸ੍ਰਿਸ਼ਟੀ ਬਣ ਗਈ। ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਨੇ, ਕਹਿੰਦੇ ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ, ਘੱਟ ਘੱਟ ਜੋਤ ਸਮੋਏ। ਇੱਥੇ ਹੀ ਬਸ ਨਹੀਂ, ਜਿਹੜੀ ਗੱਲ ਸਾਇੰਸ ਨਹੀਂ ਦੱਸ ਸਕੀ ਉਹ ਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਦੱਸੀ ਹੈ, ਉਹ ਵੀ ਦੱਸੀ ਹੈ। ਦੁਨੀਆਂ ਦਾ ਹਰ ਸਬਜੈਕਟ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਸਭਾਇਮਾਨ ਹੈ। ਸਾਇੰਸ ਨਹੀਂ ਦੱਸ ਸਕੀ ਕਿ ਸ੍ਰਿਸ਼ਟੀ ਬਣੀ ਕਾਹਦੇ ਵਾਸਤੇ। ਹਰ ਕੰਮ ਦੇ ਹੋਣ ਦਾ ਮਕਸਦ ਹੁੰਦਾ, ਇੱਥੇ ਆਏ ਹੋ ਕੋਈ ਮਕਸਦ ਹੈ। ਇਹ ਗੁਰਮੁਖਾਂ ਪਿਆਰਿਆਂ ਨੇ, ਨਾਮ ਸਿਮਰਨ ਸਤਸੰਗ ਸਭਾ ਵਾਲਿਆਂ ਵੀਰਾਂ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜਾ ਪੰਦਰਵਾੜਾ ਸ਼ੁਰੂ ਕੀਤਾ, ਇਹਦਾ ਕੋਈ ਮਨੋਰਥ ਹੈ? ਅਤੇ ਜਿਹੜੀ ਸ੍ਰਿਸ਼ਟੀ ਐਡੀ ਵੱਡੀ ਬਣੀ ਬਿਨਾਂ ਮਨੋਰਥ ਤੋਂ ਕਿਵੇਂ ਬਣ ਗਈ? ਸਾਇੰਸ ਨਹੀਂ ਦੱਸ ਸਕੀ, ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇਹ ਵੀ ਦੱਸਦੇ ਪਏ ਨੇ। ਸਤਿਗੁਰੂ ਜੀ ਬਾਣੀ ਵਿੱਚ ਕਹਿੰਦੇ ਹੈ, ਜਿਹੜੀ ਇਹ ਸ੍ਰਿਸ਼ਟੀ ਬਣਾਈ, ਇਹ ਮੈਂ ਆਪਣੀ ਰਿਹਾਇਸ਼ ਵਾਸਤੇ ਇੱਕ ਕੋਠੀ ਬਣਾਈ ਹੈ। ਆਪਾਂ ਵੀ ਬਣਾਉਣੇ ਨਾ, ਜਦੋਂ ਇਹ ਗੱਲ ਸਮਝ ਆ ਗਈ ਨਾ ਤਾਂ ਕਲੇਸ਼ ਖਤਮ ਹੋ ਜਾਣਗੇ, ਝਗੜੇ ਖਤਮ ਹੋ ਜਾਣਗੇ। ਇੱਕ ਗੱਲ ਸਮਝ ਆ ਜਾਵੇ ਕਿ ਇਹ ਸਾਰੀ ਕਾਇਨਾਤ ਉਸ ਮਾਲਕ ਦੀ ਆਪਣਾ ਘਰ ਹੈ। ਹੁਣ ਇਹ ਉਹਨਾਂ ਨੂੰ ਤਾਂ ਸਮਝ ਆ ਗਿਆ ਹੋਏਗਾ ਜਿਹੜੇ ਰੋਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਸਾ ਦੀ ਵਾਰ ਸਰਵਣ ਕਰਦੇ ਆ, ਅਤੇ ਜਿਹੜੇ ਟੀ ਵੀ ਦਾ ਸਵਿੱਚ ਔਨ ਕਰਕੇ ਆਪ ਸੌਂ ਜਾਂਦੇ, ਕਹਿੰਦੇ ਕਿ ਇਹ ਗੁਆਂਢੀ ਕਹਿਣਗੇ ਬੰਦਾ ਬੜਾ ਧਰਮੀ, ਉਹਨੂੰ ਥੋੜ੍ਹੀ ਸਮਝ ਆਉਣੀ। ਜਾਂ ਫਿਰ ਉਹਨੂੰ ਸਮਝ ਆਇਆ ਹੋਏਗਾ, ਕਈ ਵਾਰ ਅਸੀਂ ਚੌਕੜਾ ਮਾਰ ਕੇ ਸਰਵਣ ਕਰ ਰਹੇ ਨੇ, ਅਰਥਬੋਧ ਨਾ ਹੋਣ ਕਰਕੇ ਵੀ ਸਾਨੂੰ ਸਮਝ ਵਿੱਚ ਨਹੀਂ ਪੈਂਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਣੀ ਵਿੱਚ ਜ਼ਿਕਰ ਕਰਕੇ ਸਮਝਾਉਂਦੇ ਆ ਕਿ ਇਹ ਜਗਤ ਦੀ ਜਿਹੜੀ ਰਚਨਾ ਕੀਤੀ ਕਾਹਦੇ ਵਾਸਤੇ ਕੀਤੀ ਹੈ? ਤੁਹਾਨੂੰ ਯਾਦ ਹੋ ਜਾਵੇ, ਇਹ ਜਗ ਸੱਚੇ ਕੀ ਹੈ ਕੋਠੜੀ, ਇਹ ਜਗ ਸੱਚੇ ਕੀ ਹੈ ਅਤੇ ਰਹਿੰਦਾ ਕੌਣ? ਸੱਚੇ ਕਾ ਵਿੱਚ, ਸੱਚੇ ਕਾ ਵਿੱਚ, ਇਹਦੇ ਵਿੱਚ ਰਹਿੰਦਾ ਵੀ ਉਹ ਆਪ ਜੇ। ਅਤੇ ਜਦੋਂ ਇਹ ਪਤਾ ਲੱਗ ਜਾਵੇ ਫਿਰ ਗੁਆਂਢੀ ਨਾਲ ਝਗੜਾ ਕਰ ਸਕਦੇ ਹੋ, ਫਿਰ ਆਪਣੇ ਫਿਰ ਪਤਨੀ ਡੈਣ ਨਜ਼ਰ ਨਹੀਂ ਆਉਂਦੀ, ਪਤੀ ਭੂਤ ਨਜ਼ਰ ਨਹੀਂ ਆਉਂਦਾ, ਬੱਚੇ ਜੰਮ ਨਜ਼ਰ ਨਹੀਂ ਆਉਂਦੇ। ਜਦੋਂ ਘੱਟ ਘੱਟ ਮੈਂ ਹਰਜੂ ਬਸੇ ਦਿਖ ਜਾਂਦਾ ਹੈ ਕਿ ਉਹ ਪਰਮਾਤਮਾ ਇਹਦੇ ਵਿੱਚ ਰਹਿੰਦਾ ਹੈ। ਇਹ ਗੱਲ ਗੁਰੂ ਪਿਤਾ ਜੀ ਬਾਣੀ ਵਿੱਚ ਦੱਸਦੇ ਆ। ਜਿਸ ਗੁਰੂ ਦਾ ਤੁਸੀਂ ਇਹ ਪਿਆਰ ਵਿੱਚ ਭਿੱਜ ਕੇ ਪ੍ਰਕਾਸ਼ ਗੁਰਪੁਰਬ ਮਨਾਉਣਾ ਹੈ, ਪਹਿਲਾ ਪ੍ਰਕਾਸ਼ ਗੁਰਪੁਰਬ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਇਆ, ਅਤੇ ਇਸ ਦੇ ਸੰਬੰਧ ਵਿੱਚ ਜਿਹੜੇ ਸਬਜੈਕਟ ਚੁਣੇ ਨੇ, ਸਿਧਾਂਤ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਖਸ਼ਿਸ਼ ਕੀਤੇ, ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ। ਪਹਿਲਾ ਸਿਧਾਂਤ ਭੈਣ ਜੀ ਨੇ ਬੜਾ ਪਿਆਰ ਨਾਲ ਆਪ ਜੀ ਨਾਲ ਸਾਂਝਾ ਕੀਤਾ ਹੈ, ਅਤੇ ਥੋੜ੍ਹਾ ਜਿਹਾ ਮੈਂ ਕਿਰਤ ਦੀ ਗੱਲ ਭੈਣ ਜੀ ਨੇ ਬੜਾ ਬਹੁਤ ਚੰਗੀ ਤਰ੍ਹਾਂ ਆਪ ਜੀ ਨਾਲ ਸਾਂਝਾ ਕਰਨ ਦਾ ਯਤਨ ਕੀਤਾ ਕਿ ਕਿਰਤ ਧਰਮ ਦੀ ਹੋਵੇ। ਭਾਈ ਸਾਹਿਬ ਵੀ ਕਹਿੰਦੇ ਨਾ ਕਿਰਤ ਵਿਰਤ ਕਰ ਧਰਮ ਦੀ, ਧਰਮ ਦੀ ਕਿਰਤ ਕਰਨੀ ਹੈ। ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਚਨ ਕੀਤਾ ਹੈ, ਕਾਲ ਖਾਏ ਕਿਛ ਹੱਥੋਂ ਦੇ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਐਡਵਾਈਸ ਲਓ, ਕਾਲ ਘਾਲਣੀ ਹੈ, ਕਿਰਤ ਕਰਨੀ ਹੈ ਅਤੇ ਕੁਛ ਹੱਥੋਂ ਵੀ ਦੇਣਾ ਹੈ। ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਇਹ ਉਸ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਵਿਧੀ ਵਿਧਾਨ ਬਣਾ ਕੇ ਦਿੱਤਾ ਹੈ, ਉਦਮ ਕਰੇਂਦਿਆਂ ਜੀਓ ਤੂੰ, ਕਮਾਵਦਿਆਂ ਸੁੱਖ ਪੁੰਚ। ਇੱਕ ਗੱਲ ਯਾਦ ਰੱਖਿਓ, ਜਿਹੜਾ ਮਨੁੱਖ ਕਿਰਤੀ ਨਹੀਂ ਹੋਏਗਾ ਉਹ ਮਨੁੱਖ ਆਲਸੀ ਹੋਏਗਾ, ਅਤੇ ਜਿਹੜਾ ਆਲਸੀ ਹੋਏਗਾ ਉਹ ਬਿਮਾਰੀਆਂ ਦਾ ਘਰ ਹੋਏਗਾ।
ਜਿਹੜਾ ਮਨੁੱਖ ਕਿਰਤ ਕਰਦਾ ਹੈ ਉਹਨੂੰ ਕਦੀ ਬਿਮਾਰੀ ਨਹੀਂ ਲੱਗਦੀ, ਉਹ ਸਰੀਰ ਰਿਸ਼ਟ ਪੁਸ਼ਟ ਰਹਿੰਦਾ ਹੈ, ਤੰਦਰੁਸਤੀ ਉਸ ਮਨੁੱਖ ਕੋਲ ਹੈ ਜਿਸ ਮਨੁੱਖ ਕੋਲ ਕਿਰਤ ਹੈ। ਜਿਹੜਾ ਕਿਰਤ ਨਹੀਂ ਕਰਦਾ ਉਹ ਮਨੁੱਖ ਸਮਝ ਲਓ ਕਿ ਪਹਿਲੀ ਗੱਲ ਕਿ ਬਿਮਾਰ ਹੈ, ਬਸ ਇਹ ਉਹਦੀ ਬਿਮਾਰੀ ਦੀ ਨਿਸ਼ਾਨੀ ਹੈ। ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਹਾ ਕਿ ਮੇਰਾ ਸਿੱਖ ਹੋਵੇ ਅਤੇ ਉਹ ਕਿਰਤੀ ਨਾ ਹੋਵੇ, ਉਹ ਆਲਸੀ ਹੋਵੇ। ਆਲਸ ਅਤੇ ਸਿੱਖ ਦੋ ਚੀਜ਼ਾਂ ਇਕੱਠੀਆਂ ਨਹੀਂ, ਪਰ ਮਾਫ਼ੀ ਚਾਹੁੰਦਾ ਜਿੰਨੇ ਅੱਜ ਸਿੱਖ ਆਲਸੀ ਉਹਨਾਂ 'ਤੇ ਕੋਈ ਹੋਰ ਹੈ ਵੀ ਨਹੀਂ ਹੈ, ਮਾਫ਼ੀ ਚਾਹੁੰਦਾ। ਕਿਉਂ? ਕਿਉਂਕਿ ਜਿੰਨੇ ਸਮਾਗਮ ਨੇ ਅਸੀਂ ਸਾਰੇ ਰਾਤ ਦੇ ਰੱਖਣੇ ਸ਼ੁਰੂ ਕਰਤੇ, ਸਿੱਖੋ ਅੰਮ੍ਰਿਤ ਵੇਲਾ ਗਵਾਚ ਗਿਆ। ਭੈਣ ਨੇ ਗੱਲ ਕੀਤੀ ਹੈ, ਕਿੱਥੇ ਸਿੱਖਾਂ ਕੋਲ ਅੰਮ੍ਰਿਤ ਵੇਲਾ? ਸਾਡੇ ਕੋਲ ਜਿਹੜੀ ਗੱਲ ਅੰਮ੍ਰਿਤ ਵੇਲੇ ਦੀ ਸੀ ਉਹ ਕਿਤੇ ਵੀ ਨਹੀਂ ਰਹੀ। ਸਤਿਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਮੈਂ ਆਪਣੇ ਸਬਜੈਕਟ ਵੱਲ ਆਵਾਂ। ਜਿਹੜੀ ਕਿਰਤ ਦਾ ਸਿਧਾਂਤ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਦ੍ਰਿੜ ਕਰਾਇਆ ਅਤੇ ਕਿਰਤ ਕਰਦਿਆਂ ਫਿਰ ਇਹ ਵੀ ਗੱਲ ਭੈਣ ਜੀ ਨੇ ਆਪ ਜੀ ਨੂੰ ਸਰਵਣ ਵੀ ਕਰਾਈ, ਸਮਝਾਈ ਵੀ ਹੈ। ਜਦੋਂ ਨਾ ਜਿੱਥੇ ਗੁਰੂ ਨਾਨਕ ਸਾਹਿਬ ਜੀ ਮੋਦੀਖਾਨਾ ਕਰਦੇ ਸਨ, ਸੁਲਤਾਨਪੁਰ ਲੋਧੀ ਦੀ ਧਰਤੀ 'ਤੇ, ਮੋਦੀਖਾਨੇ ਦੇ ਵਿੱਚ ਮੋਦੀਖਾਨਾ ਦੀ ਕਿਰਤ ਆਪ ਕਰਕੇ ਦਿਖਾਈ। ਇਹ ਨਹੀਂ ਵੀ ਤੁਸੀਂ ਕਰਨੀ ਆ ਤੁਹਾਡੇ ਲਈ ਆ, ਮੇਰੇ ਲਈ ਨਹੀਂ ਹੈ। ਗੁਰੂ ਨਾਨਕ ਸਾਹਿਬ ਜੀ ਨੇ ਆਪ ਕਰਤਾਰਪੁਰ ਹਲ ਵਾਹ ਕੇ ਦਿਖਾਇਆ। ਅਤੇ ਇੱਕ ਦਿਨ ਦੀ ਗੱਥ ਹੈ, ਇੱਕ ਮਲਸੀਹਾਂ ਪਿੰਡ ਦੇ ਰਹਿਣ ਵਾਲਾ ਕਾਲਕਾ ਦਾ ਪੁਜਾਰੀ ਰਾਤ ਸੁੱਤਿਆਂ ਪਿਆ ਸੁਪਨੇ ਵਿੱਚ ਨੂੰ ਕਾਲਕਾ ਦੇ ਦਰਸ਼ਨ ਹੋਏ ਅਤੇ ਕਹਿੰਦੀ ਮੰਗ ਲਾ ਕੁਛ ਮੰਗਣਾ, ਅਤੇ ਕਹਿੰਦਾ ਮੈਨੂੰ ਮੁਕਤੀ ਦੇ ਦਿਓ। ਅਤੇ ਕਹਿਣ ਲੱਗੀ ਕਾਲਕਾ ਜੇ ਮੁਕਤੀ ਲੈਣੀ ਤਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕੋਲ ਚੱਲਿਆ ਜਾ। ਅਗਲੇ ਦਿਨ ਮੋਦੀਖਾਨੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਆਣ ਹਾਜ਼ਰ ਹੋਇਆ। ਦੇਖ ਕੇ ਹੈਰਾਨ ਹੋ ਗਿਆ ਕਿ ਮੈਂ ਵੀ ਜਿਹੋ ਜਿਹਾ ਮੈਂ ਵਪਾਰੀ ਉਹੋ ਜਿਹੇ ਵਪਾਰੀ ਨੇ। ਪਰ ਗੱਲ ਇੱਕ ਬੜੀ ਉਹਨੂੰ ਬੈਠਿਆਂ ਬੈਠਿਆਂ ਲੰਬਾ ਸਮਾਂ ਬੈਠਾ ਰਿਹਾ, ਇੱਕ ਗੱਲ ਬੜੀ ਚੰਗੀ ਲੱਗੀ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਕਿਰਤ ਵਿੱਚ ਅਤੇ ਉਹਦੀ ਆਪਣੀ ਕਿਰਤ ਵਿੱਚ ਜ਼ਮੀਨ ਅਸਮਾਨ ਦਾ ਫਰਕ ਸੀ। ਜਿਹੜਾ ਵੀ ਗ੍ਰਾਹਕ ਆਉਂਦਾ ਸਾਰਿਆਂ ਨੂੰ ਸੰਤੁਸ਼ਟ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੁਰਦੇ, ਸਾਰੇ ਝੋਲੀਆਂ ਭਰ ਕੇ ਲੈ ਕੇ ਜਾਂਦੇ, ਸਾਰੇ ਪ੍ਰਸੰਨ ਹੋ ਕੇ ਜਾਂਦੇ। ਅਤੇ ਗੁਰੂ ਨਾਨਕ ਸਾਹਿਬ ਜੀ ਨੇ ਕਿਰਤ ਵੀ ਕੀਤੀ ਪਰ ਇਮਾਨਦਾਰੀ ਨਾਲ ਕੀਤੀ। ਅਤੇ ਉਸ ਇਮਾਨਦਾਰੀ ਦੀ ਕਿਰਤ ਦੇ ਵਿੱਚੋਂ ਨਿਕਲਿਆ ਪਤਾ ਕੀ? ਜਦੋਂ ਸ਼ਿਕਾਇਤ ਹੋਈ ਕਿ ਤੁਹਾਡਾ ਮੋਦੀਖਾਨਾ ਲਟਾਈ ਜਾ ਰਿਹਾ ਨਾ, ਅਤੇ ਲੇਖਾਕਾਰ ਨੇ ਲੇਖਾਕਾਰ ਦੀ ਕੋਠੜੀ 'ਚ ਬੁਲਾਇਆ ਗਿਆ ਕਿ ਲੇਖਾ ਜੋਖਾ ਕਰਨਾ ਹੈ। ਅੱਜ ਕੱਲ੍ਹ ਅਕਾਊਂਟੈਂਟ ਦਾ ਆਫਿਸ ਕਹਿੰਦੇ ਹੋ, ਉਸ ਪੰਜਾਬੀ ਵਿੱਚ ਵੈਸੇ ਲੇਖਾਕਾਰ ਹੀ ਕਿਹਾ ਜਾਂਦਾ ਹੈ, ਪਰ ਅਸੀਂ ਪੰਜਾਬੀ ਬੋਲਦੇ ਹੀ ਨਹੀਂ, ਹੁਣ ਭੁੱਲ ਗਈ ਸਾਨੂੰ ਆਪਣੀ ਮਾਂ ਬੋਲੀ ਵੀ। ਲੇਖਾਕਾਰ ਦੀ ਕੋਠੜੀ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਲੇਖਾ ਜੋਖਾ ਹੋਇਆ। ਜਦੋਂ ਪਹਿਲੀ ਵਾਰ ਲੇਖਾ ਜੋਖਾ ਕੀਤਾ ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਕਿਰਤ ਸੱਚੀ ਸੁੱਚੀ ਅਤੇ ਬਰਕਤ ਕਿੰਨੀ ਨਿਕਲਦੀ ਹੈ, ਹੈਰਾਨ ਹੋ ਜਾਵੋਗੇ। ਬਰਕਤ ਇੰਨੀ ਨਿਕਲੀ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ 135 ਰੁਪਈਏ ਬਚ ਗਏ। ਲੇਖਾਕਾਰ ਕਹਿੰਦਾ ਇੱਕ ਵਾਰ ਰੀਚੈੱਕ ਕਰ ਲਈਏ, ਕੋਈ ਵਾਧਾ ਘਾਟਾ ਨਾ ਹੋਵੇ। ਰੀਚੈੱਕ ਕੀਤਾ ਅਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ 360 ਰੁਪਈਏ ਬਚ ਗਏ। ਲੇਖਾਕਾਰ ਕਹਿੰਦਾ ਕਿ ਇੱਕ ਵਾਰ 135, ਦੂਜੀ ਵਾਰ 360, ਕਿਤੇ ਨਾ ਕਿਤੇ ਭੁਲੇਖਾ ਲੱਗਦਾ ਹੈ, ਇੱਕ ਵਾਰ ਹੋਰ ਰੀਚੈੱਕ ਕਰਨਾ ਹੈ। ਜਦੋਂ ਤੀਜੀ ਵਾਰ ਰੀਚੈੱਕ ਕੀਤਾ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ 760 ਰੁਪਈਏ ਬਚ ਗਏ। ਇਹ ਧਰਮ ਦੀ ਕਿਰਤ ਦੇ ਵਿੱਚ ਬਰਕਤਾਂ ਪੈਂਦੀਆਂ ਨੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪ੍ਰੈਕਟੀਕਲੀ ਜੀਵਨ ਜੀਵ ਕੇ ਸਿਖਾਇਆ। ਕਹਿਣ ਲੱਗੇ ਕਿ ਪਿਆਰੇ ਹੋ, ਸਤਿਗੁਰੂ ਨਾਨਕ ਸਾਹਿਬ ਜੀ ਦੇ ਲੇਖਾਕਾਰ ਕਹਿੰਦਾ ਇਹਨਾਂ ਦਾ ਲੇਖਾ ਕਰਨ ਦੀ ਲੋੜ ਨਹੀਂ, ਇਹਨਾਂ ਦੇ 'ਤੇ ਵੱਧਦੇ ਹੀ ਵੱਧਦੇ ਆ, ਘੱਟਦੇ ਨਹੀਂ ਹੈ। ਜਿਹੜਾ ਸੱਚੀ ਕਿਰਤ ਕਰਦਾ ਹੈ ਉਹਨੂੰ ਕਦੀ ਜ਼ਿੰਦਗੀ ਵਿੱਚ ਘਾਟਾ ਨਹੀਂ ਪੈਂਦਾ। ਅਤੇ ਭੈਣ ਜੀ ਨੇ ਇਸ਼ਾਰਾ ਵੀ ਕੀਤਾ ਹੈ, ਜਿਹੜੇ ਮਨੁੱਖ ਕਿਰਤ ਠੱਗੀ ਮਾਰ ਕੇ ਕਰਨ, ਚੋਰੀ ਕਰਨ, ਹੇਰਾਫੇਰੀ ਕਰਨ, ਦੋ ਨੰਬਰ ਦਾ ਧੰਦਾ, ਉੱਪਰ ਦੀ ਕਮਾਈ ਜਿਹਨੂੰ ਕਹਿੰਦੇ ਹੋ, ਜਿਨ੍ਹਾਂ ਦੇ ਘਰਾਂ ਵਿੱਚ ਉੱਪਰ ਦੀ ਕਮਾਈ ਆਉਂਦੀ ਹੈ ਨਾ, ਉਹ ਫਿਰ ਥੱਲਿਓਂ ਦੀ ਨਿਕਲਦੀ ਵੀ ਜਾਂਦੀ ਹੈ ਉਹਨਾਂ ਦੇ ਘਰਾਂ ਦਾ। ਸੱਚੀ ਗੱਲ ਹੈ, ਘਰ ਵਿੱਚ ਜ਼ਹਿਰ ਹੁੰਦਾ ਜੇ ਜਿਸ ਮਨੁੱਖ ਨੇ ਦੋ ਨੰਬਰ ਦੇ ਕਮਾਈ ਆਪਣੇ ਘਰ ਵਿੱਚ ਲੈ ਆਉਂਦੀ, ਸਮਝ ਲਿਓ ਕਿ ਉਹਨੇ ਆਪਣੇ ਘਰ ਵਿੱਚ ਆਪਣੇ ਬੱਚਿਆਂ ਨੂੰ ਦੋ ਨੰਬਰ ਦੀ ਕਮਾਈ ਨਹੀਂ ਪਾਰਾ ਦਿੱਤਾ ਹੈ। ਮਤ ਸਮਝਿਓ ਕਿ ਆਪਣੇ ਬੱਚਿਆਂ ਨੂੰ ਅਸੀਂ 36 ਪ੍ਰਕਾਰ ਦੇ ਪਦਾਰਥ ਖਵਾ ਲਏ, ਸੁੱਕੀਆਂ ਰੋਟੀਆਂ ਖਾ ਕੇ ਵੀ ਗੁਜ਼ਾਰਾ ਕਰ ਲਿਓ ਭਾਈ ਲਾਲੋ ਵਾਂਗ, ਪਰ ਇੱਕ ਗੱਲ ਯਾਦ ਰੱਖਿਓ, ਜਿਹੜਾ ਆਤਮਾ ਦੇ ਉੱਤੇ ਬੋਝ ਹੈ ਉਸ ਬੋਝ ਨੇ ਤੁਹਾਨੂੰ ਜੀਣ ਨਹੀਂ ਦੇਣਾ ਜਿੰਨੇ ਹੇਰਾ ਫੇਰੀ ਠੱਗੀ ਚੋਰੀ ਦੀ ਕਮਾਈ ਕੀਤੀ ਹੋਈ। ਇਹ ਗੱਲ ਯਾਦ ਰੱਖਿਓ। ਮੈਂ ਸੰਖੇਪ ਕਰਾਂ ਕਿਉਂਕਿ ਵਕਤ ਨੇ ਬਖਸ਼ਣਾ ਨਹੀਂ, ਅਤੇ ਅਗਲਾ ਵੀ ਸਬਜੈਕਟ ਨਾਲ ਜੁੜਿਆ ਹੋਇਆ ਹੈ। ਦੂਸਰਾ ਹੈ, ਕਿਰਤ ਕਰੋ
ਅਤੇ ਨਾਮ ਜਪੋ। ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਦੋਂ ਉੱਥੇ ਬੈਠੇ, ਸਾਰਾ ਦਿਨ ਵੇਖਿਆ, ਭਾਈ ਭਗੀਰਥ ਜੀ ਨੇ ਅੱਖਾਂ ਦੇ ਨਾਲ ਵੇਖਿਆ, ਉਹ ਭਾਈ ਭਗੀਰਥ ਜੀ ਸੀ, ਅਤੇ ਉਹਨੇ ਮਨ ਵਿੱਚ ਠਾਣ ਲਿਆ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਤਾਂ ਗੁਰੂ ਮੰਨਾਂਗਾ ਜੇ ਮੈਨੂੰ ਮੇਰਾ ਨਾਂ ਲੈ ਕੇ ਉਹ ਅੱਜ ਮਰਨਗੇ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਗੱਦੀ ਤੋਂ ਉੱਠੇ, ਸਾਰੇ ਗ੍ਰਾਹਕ ਤੋਰ ਕੇ ਕਹਿਣ ਲੱਗੇ, ਆਓ ਭਾਈ ਭਗੀਰਥ ਜੀ ਕਿੱਧਰ ਆਉਣੇ ਹੋਏ, ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਡੰਡਾਉਤ ਵੰਦਨਾ ਕਰਕੇ ਲੰਮੇ ਪੈ ਕੇ ਕਹਿਣ ਲੱਗਾ, ਸਤਿਗੁਰੂ ਸੱਚੇ ਪਾਤਸ਼ਾਹ ਮੈਨੂੰ ਬਖਸ਼ੋ, ਮੈਨੂੰ ਮੁਕਤੀ ਦੀ ਦਾਤ ਬਖਸ਼ੋ। ਅਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਭਗੀਰਥ ਜੀ ਨੂੰ ਇੱਕ ਗੱਲ ਕਹੀ, ਕਹਿਣ ਲੱਗੇ, ਭਗੀਰਥ ਜੀ ਸੱਚੀ ਸੁੱਚੀ ਕਿਰਤ ਕਰੋ, ਨਾਮ ਜਪੋ ਅਤੇ ਵੰਡ ਕੇ ਛਕੋ, ਤੁਸੀਂ ਮੁਕਤੀ ਕਹਿੰਦੇ ਹੋ, ਧਾਰੀਆਂ ਅਤੇ ਕੁਲਾਂ ਨੂੰ ਵੀ ਮੁਕਤੀ ਮਿਲੇਗੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ, ਜਿਹੜਾ ਕਿਰਤ ਕਰੇਗਾ, ਨਾਮ ਜਪੇਗਾ, ਵੰਡ ਕੇ ਛਕੇਗਾ, ਉਹਨਾਂ ਦੀਆਂ ਕੁਲਾਂ ਵੀ ਤਰ ਜਾਣਗੀਆਂ, ਉਹਨਾਂ ਦੀਆਂ ਕੁਲਾਂ ਨੂੰ ਵੀ ਮੁਕਤੀ ਲੱਭਣ ਦੀ ਲੋੜ ਨਹੀਂ, ਉਹ ਖੁਦ ਮੁਕਤ, ਸੰਸਾਰ ਤੋਂ ਮੁਕਤ ਹੋ ਜਾਓਗੇ। ਅਸਲ ਵਿੱਚ ਮੁਕਤੀ ਹੁੰਦੀ ਪਤਾ ਕੀ ਹੈ, ਥੋੜ੍ਹਾ ਜਿਹਾ ਅੱਧੇ ਇੱਕ ਮਿੰਟ ਵਾਸਤੇ ਜਾਵਾਂਗਾ ਬਾਹਰ, ਅਸੀਂ ਸਮਝਦੇ ਹਾਂ ਕਿ ਮਰਨ ਤੋਂ ਬਾਅਦ ਮੁਕਤੀ ਮਿਲਣੀ ਹੈ, ਪਰ ਨਹੀਂ, ਬਾਣੀ ਨੇ ਫੈਸਲਾ ਦਿੱਤਾ, ਜੀਵਨ ਮੁਕਤ ਸੋ ਆਖੀਐ ਮਰ ਜੀਵੈ ਮਰੀਆ, ਜਿਉਂਦਿਆਂ ਮੁਕਤ ਹੋਣਾ ਹੈ, ਜਿਉਂਦਿਆਂ ਅੰਦਰ ਖਾਸ਼ਾਂ ਚੱਲ ਰਹੀਆਂ ਹੋਣ, ਜਦ ਤੱਕ ਅੰਦਰ ਖਾਸ਼ਾਂ ਤ੍ਰਿਸ਼ਨਾ ਚੱਲਦੀ ਹੈ, ਓਨੀ ਦੇਰ ਤੱਕ ਜੰਮਣ ਮਰਨ ਦਾ ਮਨੁੱਖ ਦਾ ਗੇੜ ਚੱਲਦਾ ਜੇ ਭੁਲੇਖੇ 'ਚ ਨਾ ਰਿਹੋ। ਮੁਕਤੀ ਉਦੋਂ ਮਿਲਦੀ ਹੈ ਜਦੋਂ ਬਸ ਅੰਦਰ ਦੀਆਂ ਤ੍ਰਿਸ਼ਨਾ ਮੁੱਕ ਜਾਵੇ, ਉਦੋਂ ਹੀ ਮੁਕਤੀ ਮਿਲਣੀ ਹੈ। ਕੋਈ ਤ੍ਰਿਸ਼ਨਾ ਨਾ ਹੋਵੇ, ਕੇਵਲ ਤ੍ਰਿਸ਼ਨਾ ਇੱਕ ਹੋਵੇ ਕਿ ਮੁਕਤੀ ਮਿਲ ਜਾਵੇ, ਤਾਂ ਵੀ ਮੁਕਤੀ ਨਹੀਂ ਮਿਲੇਗੀ, ਕਿਉਂਕਿ ਇੱਕ ਤ੍ਰਿਸ਼ਨਾ ਅਜੇ ਵੀ ਬਾਕੀ ਹੈ। ਇਹ ਹੋਵੇ ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ, ਉਦੋਂ ਮੁਕਤੀ ਮਿਲਦੀ ਹੈ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੇ ਕੌਣ, ਤੈਸਾ ਹਰਖ ਤੈਸਾ ਸਸੋਗ, ਸਦਾ ਆਨੰਦ ਤਹਿ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬੇਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ। ਉਹ ਜਿਉਂਦਿਆਂ ਮੁਕਤ ਹੋ ਜਾਂਦੇ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ, ਤੇਰੀਆਂ ਕੁਲਾਂ ਨੂੰ ਵੀ ਮੁਕਤੀ ਮਿਲ ਜਾਵੇਗੀ। ਗੱਲ ਕਿਰਤ ਦੀ ਚੱਲ ਰਹੀ ਸੀ, ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਕਿਰਤ ਸੱਚੀ ਸੁੱਚੀ ਕਿਰਤ ਵਿੱਚ ਕੋਈ ਹੇਰਾ ਫੇਰੀ ਨਾ ਰੱਖਿਆ ਜੇ। ਬਸ ਅਗਲਾ ਹੈ ਨਾਮ ਜਪਣਾ। ਮੈਂ ਸਾਦੇ ਜਿਹੇ ਸ਼ਬਦਾਂ ਵਿੱਚ ਕਹਿ ਦੇਵਾਂ, ਕਿਉਂਕਿ ਗੁਰਬਾਣੀ ਦੀਆਂ ਪੰਕਤੀਆਂ ਸਾਰਾ ਗੁਰੂ ਗ੍ਰੰਥ ਸਾਹਿਬ ਜੀ ਬਹੁਤ ਢੇਰ ਸਾਰੇ ਪ੍ਰਮਾਣ, ਸਤਿਗੁਰੂ ਜੀ ਨੇ ਨਾਮ ਜਪਣ 'ਤੇ ਬਹੁਤ ਕੁ ਵਾਰ ਬਹੁਤ ਪ੍ਰੇਰਨਾ ਦਿੱਤੀ ਹੈ, ਲੇਕਿਨ ਸਾਦੇ ਜਿਹੇ ਤਰੀਕੇ ਦੀ ਗੱਲ ਇਹ ਹੈ, ਆਪਾਂ ਬੈਂਕ ਵਿੱਚ ਜਾਈਏ ਜਾਂ ਇਹ ਕਹਿ ਲਓ ਕਿ ਸਾਡਾ ਜਨਮ ਦਿਨ ਹੋਵੇ ਅਤੇ ਜਨਮ ਦਿਨ 'ਤੇ ਕੋਈ ਸਾਨੂੰ ਗਿਫਟ ਲਿਆ ਕੇ ਦੇਵੇ, ਅਤੇ ਅਸੀਂ ਉਹਨੂੰ ਕੀ ਕਹਿੰਦੇ ਹਾਂ, ਥੈਂਕ ਯੂ, ਉਹਦਾ ਸ਼ੁਕਰਾਨਾ ਕਰਦੇ ਹਾਂ। ਕੋਈ ਸਾਡੀ ਲੋੜ ਪੂਰੀ ਕਰੇ, ਉਹਦਾ ਸ਼ੁਕਰਾਨਾ ਕਰਦੇ ਹਾਂ। ਅਤੇ ਜਿਸ ਪਰਮਾਤਮਾ ਨੇ ਸਾਨੂੰ ਆ ਜੀਵਨ ਦਿੱਤਾ, ਜੀਵਨ ਨੂੰ ਚਲਾਉਣ ਲਈ 36 ਪ੍ਰਕਾਰ ਦੇ ਪਦਾਰਥ ਦਿੱਤੇ, ਤੁਸੀਂ ਕਹਿਣਾ ਨਾ ਸੇਬ ਬਾਜ਼ਾਰੋਂ ਲਿਆ ਕੇ ਖਾਂਦੇ ਹਾਂ, ਅਤੇ ਪਿਆਰਿਓ ਜੇ ਸੇਬ ਦਾ ਬੀਜ ਪੈਦਾ ਨਾ ਕਰਦਾ ਤਾਂ ਖਾ ਕਿਵੇਂ ਲੈਂਦੇ, ਬਾਜ਼ਾਰੋਂ ਕਿੱਥੋਂ ਲੈ ਆਉਂਦੇ ਹੋ। ਇੱਥੇ ਹੀ ਨਹੀਂ, ਪਦਾਰਥ ਦਿੱਤੇ ਅਤੇ ਉਹ ਸੇਬ ਨੂੰ ਪੈਦਾ ਕਰਨ ਵਾਸਤੇ ਉਹ ਵਾਤਾਵਰਨ ਦਿੱਤਾ, ਉਹ ਸੇਬ ਨੂੰ ਥੱਲੇ ਧਰਤੀ ਦੇ ਜ਼ਮੀਨ 'ਤੇ ਜੇ ਪਾਣੀ ਨਾ ਹੁੰਦਾ ਤਾਂ ਕਿਵੇਂ ਪੈਦਾ ਹੋ ਜਾਂਦੇ ਆ, ਇਹ ਪਦਾਰਥ ਕਿਵੇਂ ਪੈਦਾ ਕਰ, ਪਾਣੀ ਨਾ ਹੁੰਦਾ ਤਾਂ ਪਦਾਰਥ ਕਿੱਥੋਂ ਪੈਦਾ ਕਰ ਲੈਂਦੇ ਹੋ। ਹੋਰ ਤਾਂ ਹੋਰ, ਇਸ ਤੋਂ ਵੀ ਕੀਮਤੀ ਗੱਲ ਕਿ ਉਸ ਪਰਮਾਤਮਾ ਨੇ ਆਕਸੀਜਨ ਦਿੱਤੀ। ਸੋਚੋ ਜਰਕ, ਆਕਸੀਜਨ ਮੁੱਲ ਲੈ ਕੇ ਖਾਣੀ ਹੁੰਦੀ, ਆਪਾਂ ਸਾਰਿਆਂ ਮੌਰਾਂ 'ਤੇ ਸਿਲੰਡਰ ਬੱਧੇ ਹੋਣੇ ਸੀ। ਇੱਥੇ ਆਇਆਂ ਨੂੰ ਇਹਨਾਂ ਨੇ ਚਾਹ ਪਾਣੀ ਨਹੀਂ ਸੀ, ਪਕੌੜਿਆਂ ਦਾ ਲੰਗਰ ਨਹੀਂ, ਸਿਲੰਡਰਾਂ ਦਾ ਲਾਇਆ ਹੋਣਾ ਸੀਗਾ। ਹੈਰਾਨ ਹੋਵੋਗੇ, ਉਸ ਮਾਲਕ ਨੇ ਆਕਸੀਜਨ ਦਿੱਤੀ ਅਤੇ ਕਦੀ ਕੋਈ ਪੈਸਾ ਲਿਆ? ਜੇ ਪੋਲੀਟੀਕਲ ਲੋਕਾਂ ਨੇ ਕਹਿਣਾ ਸੀ, ਜੇ ਮੈਨੂੰ ਵੋਟਾਂ ਪਾਓਗੇ ਇਸ ਵਾਰੀ ਆਕਸੀਜਨ ਸਸਤੀ ਕਰ ਦਿਆਂਗੇ, ਲੋਕਾਂ ਦੀ ਲੁੱਟ ਹੋਣੀ ਸੀ, ਪਰ ਉਸ ਪਰਮਾਤਮਾ ਨੇ ਆਕਸੀਜਨ ਵਰਗੀ ਦਾਤ ਦਿੱਤੀ। ਅਸੀਂ ਕਹਿੰਦੇ ਸਾਨੂੰ ਕੀ ਦਿੱਤਾ ਹੈ, ਇੰਨੀਆਂ ਦਾਤਾਂ ਦੇ ਕੇ ਮਨੁੱਖ ਨੂੰ ਨਿਵਾਜਿਆ ਹੋਇਆ ਹੈ ਉਸ ਦਾਤੇ ਨੇ, ਪਰ ਅਸੀਂ ਬਸ ਸਾਰਾ ਕੁਛ ਭੁੱਲ ਬੈਠੇ ਹਾਂ। ਅਤੇ ਜਿਹਨੇ ਇੰਨਾ ਕੁਝ ਦਿੱਤਾ ਹੈ, ਦਾਤਾਂ ਦਿੱਤੀਆਂ ਨੇ, ਸਰੀਰ ਨੂੰ ਚਲਾਉਣ ਲਈ ਪਦਾਰਥ ਦਿੱਤੇ, ਆਕਸੀਜਨ ਵਰਗੀ ਦਾਤ ਦਿੱਤੀ, ਉਹਦਾ ਉਹਨੇ ਸਾਨੂੰ ਜਦੋਂ ਜਨਮ ਦਿੱਤਾ, ਜਨਮ ਦੇ ਨਾਲ ਹੀ ਦੇ ਦਿੱਤੀਆਂ ਨਾ, ਸਾਰਾ ਰਿਜ਼ਕ ਵੀ ਦੇ ਦਿੱਤਾ, ਆਕਸੀਜਨ ਵੀ ਦੇ ਦਿੱਤੀ। ਅਤੇ ਜਿਹਨੇ ਇਹ ਦਾਤਾਂ ਦਿੱਤੀਆਂ ਉਹਦਾ ਸ਼ੁਕਰਾਨਾ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ? ਅਤੇ ਜਿਹੜਾ ਨਹੀਂ ਕਰਦਾ ਉਹ ਫਿਰ ਕੌਣ ਹੈ? ਜਰਾ ਕੁ ਸੋਚੋ, ਅਸੀਂ ਬੈਂਕ 'ਚ ਸਾਈਨ ਕਰਨ ਲਈ ਕੋਈ ਪੈਨ ਦੇ ਦੇ, ਉਹਦਾ ਥੈਂਕ ਯੂ ਕਰ ਦਿੰਦੇ ਹਾਂ, ਅਤੇ ਜਿਸ ਪਰਮਾਤਮਾ ਨੇ ਸਾਨੂੰ ਆ ਜੀਵਨ ਦਿੱਤਾ, ਚਲਾਉਣ ਲਈ ਪਦਾਰਥ ਦਿੱਤੇ, ਉਹਦਾ ਸ਼ੁਕਰਾਨਾ ਕਦੀ ਨਿਕਲਿਆ? ਅਤੇ ਜਿਹਦੇ ਤੋਂ ਨਹੀਂ ਨਿਕਲਦਾ ਉਹਨੂੰ ਅਕਿਰਤ ਕਣ ਵੀ ਕਹਿ ਛੱਡਿਆ ਹੈ।
उस परमात्मा का शुक्रगुजार होइए जिस परमात्मा ने जीवन नूं चलाउण लई ते एक गल इहदे नाल होर जुड़ी हुई है। सिमरन का एक होर लाभ भी है। साइंस भी कहन लगी कि मैडीटेशन जरूरी है। जदों असीं परमात्मा दे नाल आत्मा दे अंदर परमात्मा दा नाम जांदा है ना, उहदा एक बहुत वड्डा लाभ हुंदा है। जिन्ने साडे शरीर दे अंदर पदार्थ जांदे उहदे नाल शरीर ताकतवर हुंदा है। घिओ खाओ, दुध पीओ, कैल्शियम दी लोड़ है। इसे तरह आत्मा नूं एक कैल्शियम चाहीदा है, उह है निरभउ जपै सगल भउ मिटै। उस निरभउ नूं जपोंगे ਤਾਂ ਅੰਦਰੋਂ ਸਾਰੇ ਭਉ ਖਤਮ ਹੋਣਗੇ। ਜਿਹੜਾ ਬੰਦਿਆਂ ਦਾ ਡਰ ਅੰਦਰ ਬੈਠਾ ਹੈ, ਦੁਨੀਆਂ ਦੀਆਂ ਸ਼ਕਤੀਆਂ ਦਾ ਡਰ ਅੰਦਰ ਬੈਠਾ ਹੈ, ਉਹ ਡਰ ਬੈਠਾ ਹੀ ਇਸ ਕਰਕੇ ਕਿਉਂਕਿ ਨਿਰਭਉ ਨੂੰ ਜਪਿਆ ਹੀ ਨਹੀਂ ਹੈ। ਤਾਂ ਹੀ ਤਾਂ ਕਬਰਾਂ 'ਤੇ, ਮੜੀਆਂ 'ਤੇ, ਪਖੰਡੀਆਂ ਦੇ ਡੇਰਿਆਂ 'ਤੇ, ਦੰਭੀਆਂ ਦੇ ਡੇਰਿਆਂ 'ਤੇ ਦਰ ਦਰ 'ਤੇ ਠੋਕਰਾਂ ਕਿਉਂ ਖਾ ਰਹੇ ਹਾਂ? ਉਹਦਾ ਇੱਕੋ ਇੱਕ ਕਾਰਨ ਹੈ, ਕਿਉਂਕਿ ਅਸੀਂ ਨਿਰਭਉ ਨੂੰ ਜਪਿਆ ਹੀ ਨਹੀਂ ਹੈ। ਜਦੋਂ ਅੰਦਰ ਆਤਮਾ ਦੇ ਖੁਰਾਕ ਪਰਮਾਤਮਾ ਦੇ ਨਾਮ ਦੀ ਚਲੀ ਗਈ ਅਤੇ ਸੱਚ ਕਰਕੇ ਜਾਣਿਓ, ਮੈਂ ਇੱਕ ਉਸ ਬਜ਼ੁਰਗ ਨੂੰ ਮਿਲਿਆ ਜਿਹਦੇ ਅੰਦਰ 4 ਗ੍ਰਾਮ ਖੂਨ ਸੀ ਅਤੇ ਉਹਦੇ ਨਾਲ ਮੈਂ ਤੁਰ ਕੇ ਮਿਲਣਾ ਵੀ ਔਖਾ ਸੀਗਾ। ਇੰਨਾ ਜੀਵਨ ਉਹਦਾ ਚਿਹਰਾ ਐਂ ਲੱਗਦਾ ਸੀ ਜਿਵੇਂ ਉਹਦੇ ਚਿਹਰੇ 'ਚੋਂ ਖੂਨ ਡੁੱਲ ਰਿਹਾ ਹੋਵੇ। ਇੰਨਾ ਚਿਹਰਾ ਦਗ ਦਗ, ਇੰਨੀ ਰਿਸ਼ਟ ਪੁਸ਼ਟਤਾ ਉਹਦੀ ਕੋਲ। ਕਿਉਂ? ਕਿਉਂਕਿ ਪਰਮਾਤਮਾ ਨਾਲ ਜਿਹਦੀ ਆਤਮਾ ਜੁੜ ਜਾਂਦੀ ਹੈ ਨਾ, ਉਹਦੇ ਸਿਰ 'ਤੇ ਆਰਾ ਵੀ ਚੱਲ ਜਾਵੇ ਅਤੇ ਉਹ ਕਹਿੰਦਾ ਹੈ, ਆਰਾ ਪਿਆਰਾ ਲੱਗਦਾ ਹੈ ਕਾਰਾ ਕਰੋ ਬਣਾਏ, ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਰ। ਉਹ ਇਹ ਗੱਲ ਕਹਿੰਦਾ ਹੈ, ਕਹਿੰਦਾ ਖੋਪਰ ਲੈ ਜਾਵੇ, ਬੰਦ ਬੰਦ ਕੱਟਿਆ ਜਾਵੇ। ਉਹ ਕਹਿੰਦਾ ਬੰਦ ਇੱਥੋਂ ਨਹੀਂ ਸ਼ੁਰੂ ਹੁੰਦਾ, ਇੱਥੋਂ ਹੁੰਦਾ ਹੀ। ਇਹ ਗੱਲ ਕਹਿਣੀ ਸੌਖੀ ਹੈ, ਪਰ ਸੱਚੀ ਮੁੱਚੀ ਪ੍ਰੈਕਟੀਕਲੀ ਲਾਈਫ 'ਚ ਆਪਣੇ ਅੰਦਰ ਸੋਚਿਓ, ਇਹ ਉਹੀ ਕਹਿ ਸਕਦਾ ਜਿਹਦਾ ਅਧਿਆਤਮਕ ਪੱਖ ਉੱਚਾ ਚੱਲਿਆ ਗਿਆ, ਉਹ ਸਿੱਧਾ ਜਾਏਗਾ ਜਿਹਨੇ ਨਾਮ ਜਪਿਆ ਹੋਏਗਾ, ਜਿਹਨੇ ਪਰਮਾਤਮਾ ਦੇ ਨਾਲ ਆਪਣੀ ਆਤਮਾ ਨੂੰ ਜੋੜਿਆ ਹੋਏਗਾ। ਮੈਂ ਸੰਖੇਪ, ਮੈਂ ਕਿਉਂਕਿ ਵਕਤ ਨੂੰ ਧਿਆਨ 'ਚ ਰੱਖ ਕੇ ਅਖੀਰਲੀ ਗੱਲ ਵੰਡ ਛਕੋ ਦੀ, ਲੰਗਰ ਸਿੱਖੋ ਤੁਸੀਂ ਬੜੇ ਲਾਏ, ਬਹੁਤ ਲਾਏ ਅਤੇ ਲਾਉਣੇ ਚਾਹੀਦੇ, ਹੋਰ ਵੀ ਲਾਓ। ਮੈਂ ਕਹਿੰਦਾ ਨਹੀਂ ਕਿ ਨਹੀਂ ਲਾਉਣੇ, ਲਓ ਤਕੜਿਓ, ਕਿ ਲੰਗਰ ਦੀ ਬੜੀ ਗੱਲ ਹੈ। ਪਰ ਇਸ ਦੇ ਨਾਲ ਨਾਲ ਇੱਕ ਗੱਲ ਜਿਹੜੀ ਹੈ ਸਿੱਖੋ, ਅਸੀਂ ਜਿਹੜੀ ਚੀਜ਼ ਨਹੀਂ ਵੰਡੀ ਨਾ, ਕਿਤੇ ਕਿਤੇ ਝਲਕ ਪੈਂਦੀ ਹੈ। ਜਿਹੜੀਆਂ ਸਾਡੀਆਂ ਇੱਕ ਦੂਜੇ ਦੀਆਂ ਪੱਗਾਂ ਫੜੀ ਲਾਈ ਫਿਰਦੇ ਹੈ, ਲਾਉਣ 'ਚ ਬਹਾਦਰੀ ਸਮਝਦੇ ਹਾਂ, ਪਿਆਰ ਨਹੀਂ ਵੰਡਿਆ। ਜਿਹੜੀ ਚੀਜ਼ ਵੰਡੋਗੇ ਉਹ ਵੱਧਦੀ ਹੈ। ਥੋੜ੍ਹੇ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ਾਇਦ ਤੁਸੀਂ ਵੀ ਦੇਖੀ ਹੋਏਗੀ। ਉਹ ਕਹਿੰਦਾ ਕਿ ਮੈਂ ਤਾਂ ਵੰਡ ਕੇ, ਮੈਂ ਤਾਂ ਚੀਟਿੰਗ ਕਰ ਲਈ ਸੀ। ਉਹ ਕਿਨੂਆ ਵਾਲੀ ਕਹਾਣੀ ਦੇਖੀ ਹੈ ਨਾ, ਤਾਂ ਦੇਖੀ ਹੋਣੀ। ਹਾਂਜੀ, ਦੇਖੋ ਉਸ ਵੀਡੀਓ ਤੋਂ ਮੈਨੂੰ ਬੜੀ ਚੰਗੀ ਗੱਲ ਲੱਗੀ ਕਿ ਇੰਨਾ ਉਹ ਫਿਰ ਦੂਸਰੇ ਧਰਮਾਂ ਦੇ ਲੋਕ ਕਹਿੰਦੇ ਕਿ ਵੰਡ ਕੇ ਛਕਣ ਨਾਲ ਵੱਧ ਹੈ। ਜਿਹੜੀ ਚੀਜ਼ ਵੰਡੋਗੇ, ਕੁਦਰਤ ਦਾ ਨਿਯਮ ਹੈ, ਤੁਸੀਂ ਇੱਕ ਬੀਜ ਧਰਤੀ ਵਿੱਚ, ਤੁਸੀਂ ਅੰਬ ਦਾ ਇੱਕ ਬੀਜ ਬੀਜ ਕੇ ਵੇਖੋ, ਉਹਦਾ ਪੌਦਾ ਬਣੇਗਾ ਅਤੇ ਧਰਤੀ ਤੁਹਾਨੂੰ ਉਸ ਪੌਦੇ ਨੂੰ ਲੱਖਾਂ ਅੰਬ ਦਏਗੀ, ਹਜ਼ਾਰਾਂ ਅੰਬ ਦਏਗੀ। ਜਿਹੜਾ ਬੀਜ ਬੀਜੋਗੇ ਉਹਨੂੰ ਬਹੁਤ ਸਾਰਾ ਫਲ ਲੱਗੇਗਾ, ਇਹ ਕੁਦਰਤ ਦਾ ਨਿਯਮ ਹੈ। ਅਤੇ ਜੇ ਨਫ਼ਰਤ ਬੀਜੋਗੇ, ਨਫ਼ਰਤ ਦਾ ਪੌਦਾ ਵੱਡਾ ਹੋਏਗਾ, ਉਹਨੂੰ ਢੇਰ ਸਾਰੇ ਫਲ ਨਫ਼ਰਤ ਦੇ ਲੱਗਣਗੇ। ਜੇ ਪਿਆਰ ਦਾ ਬੀਜ ਬੀਜੋਗੇ, ਉਹਨੂੰ ਢੇਰ ਸਾਰੇ ਫਲ ਪਿਆਰ ਦੇ ਲੱਗਣਗੇ। ਦੇਖਣਾ ਸੀ ਹੈ, ਸੱਸ ਕਹਿੰਦੀ ਹੈ ਕਿ ਨੂੰਹ ਨਫ਼ਰਤ ਛੱਡੇ, ਨੂੰਹ ਕਹਿੰਦੀ ਸੱਸ ਛੱਡੇ, ਝਗੜੇ ਕਿਉਂ ਨੇ? ਜੇ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਜਿਨ੍ਹਾਂ ਦੇ ਘਰਾਂ ਵਿੱਚ ਹੈ, ਜਿੱਥੇ ਪਿਆਰ ਵੰਡਿਆ ਜਾਂਦਾ ਹੈ, ਜਿੱਥੇ ਗਿਆਨ ਵੰਡਿਆ ਜਾਂਦਾ ਹੈ, ਜਿੱਥੇ ਦੁਨੀਆ ਦੀ ਹਰ ਚੀਜ਼ ਸ਼ੇਅਰ ਕੀਤੀ ਜਾਂਦੀ ਹੈ, ਅਸੀਂ ਕਹਿੰਦੇ ਨਾ ਨਾ ਨਾ, ਸੱਸ ਨੂੰਹ ਤੋਂ ਲੁਕਾਈ ਬੈਠੀ, ਨੂੰਹ ਸੱਸ ਮੇਰੇ ਕਹਿਣ ਤੋਂ ਭਾਵ ਅਸੀਂ ਇੱਕ ਦੂਜੇ ਤੋਂ ਪਰਦੇ ਰੱਖ ਰੱਖ ਕੇ ਜ਼ਿੰਦਗੀ ਨੂੰ ਚਲਾਉਣ ਦੀ ਕੋਸ਼ਿਸ਼ ਕਰਦੇ ਹਾਂ। ਮਤ ਸਮਝੋ, ਜਦੋਂ ਵੰਡੋਗੇ ਉਦੋਂ ਵਧੇਗਾ ਹੀ ਵਧੇਗਾ, ਵੱਧਦਾ ਹੀ ਵੱਧ ਹੈ, ਵੰਡਣ ਨਾਲ ਵੱਧਦਾ ਹੀ ਵੱਧ ਹੈ। ਪਦਾਰਥ ਵੰਡੋਗੇ, ਪਦਾਰਥ ਵਧਣਗੇ, ਗਿਆਨ ਵੰਡੋਗੇ, ਗਿਆਨ ਵਧੇਗਾ, ਪਿਆਰ ਵੰਡੋਗੇ, ਪਿਆਰ ਵਧੇਗਾ। ਜਿਹੜੀ ਚੀਜ਼ ਵੰਡੋਗੇ ਉਹ ਤੁਹਾਨੂੰ ਡਬਲ ਨਹੀਂ, 10 ਗੁਣਾ, ਲੱਖਾਂ ਗੁਣਾ ਹੋ ਕੇ ਤੁਹਾਡੇ ਵੱਲ ਨੂੰ ਆਏਗੀ, ਤੁਹਾਨੂੰ ਮਿਲੇਗੀ। ਇਹ ਗੱਲ ਚਿੰਤਾ ਕਰਨ ਦੀ ਲੋੜ ਨਹੀਂ, ਕਿਉਂਕਿ ਇਹ ਉਸੇ ਸੋਸ਼ਲ ਮੀਡੀਆ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਆ ਕੇ। ਉਹ ਕਹਿੰਦੇ ਕਿ ਸਾਡਾ ਤਾਂ ਜਦੋਂ ਦਾ ਅਸੀਂ ਵੰਡ ਕੇ ਛਕਣਾ ਸ਼ੁਰੂ ਕੀਤਾ, ਗੋਰਿਆਂ ਨੇ ਇਹ ਗੱਲ ਕਬੂਲ ਕਰ ਲਈ ਕਿ ਜਦੋਂ ਅਸੀਂ ਵੰਡ ਕੇ ਛਕਣਾ ਸ਼ੁਰੂ ਕਰ ਦਿੱਤਾ, ਸਾਡੇ ਘਰ ਵਿੱਚ ਬਰਕਤਾਂ ਆ ਗਈਆਂ ਨੇ। ਗੁਰਮੁਖੋ, ਬਰਕਤਾਂ ਘਰਾਂ ਵਿੱਚੋਂ ਗਈਆਂ ਕਿਉਂ ਨੇ? ਕਿਉਂਕਿ ਅਸੀਂ ਗੁਰੂ ਦੇ ਸਿਧਾਂਤ ਨੂੰ ਛੱਡ ਕੇ ਅਸੀਂ ਘਰ ਵਿੱਚ ਜਿਹੜਾ ਸਿਧਾਂਤ ਹੈ ਨਾ,
ਉਹ ਤਾਂ ਹੋਰ ਨਾਂ ਦਾ ਆ ਗਿਆ ਹੈ, ਉਹ ਲਤਾ ਦੇ ਸਿਧਾਂਤ ਆ ਗਏ। ਸਾਡੇ ਘਰ ਵਿੱਚ ਮਾਫ਼ੀ ਚਾਹੁੰਦੇ, ਸਾਡੇ ਘਰ ਵਿੱਚ ਜਿਨ੍ਹਾਂ ਦੇ ਮੈਂ ਨਾਂ ਵੀ ਨਹੀਂ ਲੈਣੇ ਚਾਹੁੰਦਾ ਉਹਨਾਂ ਦੇ ਸਿਧਾਂਤ ਆ ਗਏ, ਜਿਨ੍ਹਾਂ ਨੇ ਜੀਵਨ ਸਾਡੇ ਬੱਚਿਆਂ ਦਾ ਬਰਬਾਦ ਕਰਤਾ, ਵਿਸ਼ਿਆਂ ਵਿੱਚ ਨਸ਼ਿਆਂ ਵਿੱਚ ਗਰਕ ਕਰ ਦਿੱਤੇ। ਜਿਹੜੇ ਬੱਚੇ ਤੁਹਾਡੇ ਨਸ਼ਿਆਂ ਤੋਂ ਬਚੇ ਆ, ਬੱਚੇ ਨਾ ਸਮਝੋ, ਇੱਕ ਅੱਧਾ ਪਰਸੈਂਟ ਛੱਡ ਲਵਾਂ, ਬਹੁਤਾਤ ਬੱਚੇ ਵਿਸ਼ਿਆਂ ਵਿੱਚ ਗਰਕ ਜੇ, ਨਹੀਂ ਤਾਂ ਯਕੀਨ ਨਾ ਹੋਵੇ ਉਹਨਾਂ ਦੇ ਮੋਬਾਈਲ ਫੜ ਕੇ ਦੇਖਣ। ਅਤੇ ਜਿਹੜੇ ਚੰਗਾ ਸੁਣਦੇ ਨਹੀਂ, ਚੰਗਾ ਖਾਂਦੇ ਨਹੀਂ, ਚੰਗਾ ਦੇਖਦੇ ਨਹੀਂ, ਕੀ ਉਮੀਦ ਕਰਦੇ ਹੋ ਕਿ ਕਦੋਂ ਉਹ ਚੰਗੇ ਬਣ ਜਾਣਗੇ? ਜਿਹੜਾ ਚੰਗਾ ਦੇਖੇਗਾ, ਚੰਗਾ ਸੁਣੇਗਾ, ਚੰਗਾ ਖਾਏਗਾ, ਉਹੀ ਚੰਗਾ ਬਣੇਗਾ। ਆਪਣਾ ਖਾਣਾ ਵੀ ਠੀਕ ਕਰੋ, ਆਪਣਾ ਦੇਖਣਾ ਵੀ ਠੀਕ ਕਰੋ, ਆਪਣਾ ਸੁਣਨਾ ਵੀ ਠੀਕ ਕਰੋ। ਬਹੁਤ ਸਾਰੇ ਗੁਰਬਾਣੀ 'ਚੋਂ ਪ੍ਰਮਾਣ ਦਿੱਤੇ ਜਾ ਸਕਦੇ ਹੈ, ਬਹੁਤ ਕੁਝ ਕਿਹਾ ਜਾ ਸਕਦਾ, ਪਰ ਟਾਈਮ ਪੂਰਾ ਹੋ ਚੁੱਕਾ, ਮੈਂ ਮਾਫ਼ੀ ਚਾਹੁੰਦਾ ਹਾਂ। ਫਿਰ ਕਦੀ ਵਕਤ ਮਿਲਿਆ ਜ਼ਰੂਰ ਆਪ ਜੀ ਨਾਲ ਸਾਂਝਾ ਕਰਾਂਗਾ। ਇੱਕ ਦੋ ਬੇਨਤੀਆਂ ਕਹਿ ਕੇ ਸਮਾਪਤੀ ਹੈ। 550 ਸਾਲ ਆ ਰਿਹਾ ਜੋ 1 ਨਵੰਬਰ ਤੋਂ 13 ਨਵੰਬਰ ਤੱਕ ਦੇ ਸਮਾਗਮ ਰੱਖੇ ਨੇ। 1 ਨਵੰਬਰ ਤੋਂ ਤਾਂ ਰੱਖੇ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਇੱਕ ਦੀ ਗੱਲ ਕੀਤੀ, ਇੱਕ ਓਅੰਕਾਰ ਤੋਂ ਲੈ ਕੇ ਮੂਲ ਮੰਤਰ ਦਾ ਉਚਾਰਨ ਕੀਤਾ, ਔਰ ਇੱਕ ਦੀ ਗੱਲ ਕੀਤੀ ਅਤੇ ਇੱਕ ਤੋਂ ਸ਼ੁਰੂ ਕਰਕੇ 13 ਤੱਕ ਲੈ ਕੇ ਗਏ। 13 ਨਹੀਂ ਸੀ, 13-13 ਨਹੀਂ ਤੋਲਿਆ, 13-13 ਤੋਲਿਆ, 13 ਤੱਕ ਲੈ ਕੇ ਗਏ ਕਿ ਮੈਂ ਤੇਰਾ, ਗ੍ਰਾਹਕ ਤੇਰਾ, ਪਦਾਰਥ ਤੇਰਾ, ਮੇਰਾ ਕੁਛ ਨਹੀਂ। ਗੁਰੂ ਨਾਨਕ ਸਾਹਿਬ ਜੀ ਨੇ 1 ਤੋਂ 13 ਦੀ ਗੱਲ ਕੀਤੀ ਅਤੇ 1 ਤੋਂ ਲੈ ਕੇ 13 ਤਰੀਕ ਤੱਕ ਸਮਾਗਮ ਰੱਖੇ ਨੇ, 1 ਨਵੰਬਰ ਤੋਂ 13 ਨਵੰਬਰ ਤੱਕ। ਅਤੇ 1 ਨਵੰਬਰ ਦਾ ਸਮਾਗਮ ਤੁਹਾਨੂੰ ਮੈਂ ਜ਼ਰੂਰ ਦੱਸ ਦਿਆਂ, ਬਾਕੀ ਤੁਸੀਂ ਸਮਝ ਲੈਣਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਸੰਜੀਦਗੀ ਨਾਲ, ਬੜੀ ਦੀਰਘ ਵਿਚਾਰ ਕਰਕੇ, ਇੱਕ ਇੱਕ ਮਿੰਟ ਕੀਮਤੀ ਕੌਮ ਦਾ ਜਾਣਦਿਆਂ ਇਹਨਾਂ ਸਮਾਗਮਾਂ ਦੀ ਰੂਪ ਰੇਖਾ ਉਲੀਕੀ ਹੈ। 1 ਤਰੀਕ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਲਈ ਭਰਾਓ ਆਣੇ ਤੋਂ ਰਬਾਬ ਲੈ ਕੇ ਆਏ ਸਨ ਭਾਈ ਮਰਦਾਨਾ ਜੀ, ਜਿਹੜੀ ਭਾਈ ਫਰੰਦੇ ਨੂੰ ਰਬਾਬ ਬਣਨੀ ਦਿੱਤੀ ਸੀ, ਧੰਨ ਗੁਰੂ ਨਾਨਕ ਸਾਹਿਬ ਜੀ ਨੇ ਡਾਇਰੈਕਸ਼ਨ ਦਿੱਤੀ ਸੀ, ਉਹਦੀ ਕਿਹੋ ਜਿਹੀ ਰਬਾਬ ਚਾਹੀਦੀ, ਗੁਰੂ ਨਾਨਕ ਸਾਹਿਬ ਜੀ ਨੇ ਦੱਸਿਆ ਸੀ ਇਸ ਤਰੀਕੇ ਦੀ ਤਿਆਰ ਕਰ, ਇਹੋ ਜਿਹੀਆਂ ਤੰਦਾਂ, ਮੇਰੇ ਕੋਲ ਵਕਤ ਨਹੀਂ, ਮੈਂ ਰਬਾਬ ਬਾਰੇ ਬੋਲ ਸਕਾਂ, ਫਿਰ ਕਦੀ ਜ਼ਰੂਰ ਸਾਂਝਾ ਕਰਾਂਗਾ। ਭਰਾਓ ਆਣੇ ਤੋਂ ਰਬਾਬ ਲੈ ਕੇ ਆਏ ਸਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ, ਜਿਸ ਰਬਾਬ ਨਾਲ ਸਾਰੀ ਜ਼ਿੰਦਗੀ ਭਾਈ ਮਰਦਾਨਾ ਜੀ ਨੇ ਜਿਸ ਨੂੰ ਵਜਾਇਆ ਹੈ। ਅਤੇ ਭਰਾਓ ਆਣੇ ਤੋਂ 12 ਕਿਲੋਮੀਟਰ ਹੈ ਸੁਲਤਾਨਪੁਰ ਤੋਂ, ਇੱਕ ਨਗਰ ਕੀਰਤਨ ਆਏਗਾ, 550 ਸਖਿਆਰਥੀ ਉਹਦੇ ਵਿੱਚ ਇੱਕੋ ਜਿਹੀ ਵਰਦੀ ਵਿੱਚ ਹੋਏਗਾ, ਔਰ ਉਹਨਾਂ ਦੇ ਹੱਥ ਵਿੱਚ ਰਬਾਬ ਹੋਏਗੀ, ਜਿਹੜੀ ਗੁਰੂ ਸਾਹਿਬ ਵੇਲੇ ਵਰਤੇ ਜਾਂਦੇ ਸੀ ਸਾਜ਼, ਰਬਾਬ, ਫਰੰਦਾ, ਰਬਾਬ, ਸਰੰਦਾ, ਸਰੰਗੀ, ਢੱਡਾਂ ਅਤੇ ਜੋੜੀ ਪਖਾਵਜ, ਜੋੜੀ ਪਖਾਵਜ ਦੀ ਕਾਢ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਉਹ ਸਾਰੇ ਸਾਜ਼ਾਂ ਬਾਰੇ ਜਿਹੜੇ ਜਿਹੜੇ ਵੀ ਲਿਆਂਦੇ ਗਏ, ਸਾਰੇ ਕਿਹੜੇ ਗੁਰੂ ਸਾਹਿਬ ਵੇਲੇ ਸੀਗੇ ਉਸ ਵਕਤ ਦੱਸਿਆ ਜਾਏਗਾ। ਉਹ 550 ਸਿਖਿਆਰਥੀਆਂ ਦੇ ਹੱਥ ਵਿੱਚ 550 ਸਾਜ਼ ਦੇ ਕੇ ਇੱਕ ਨਗਰ ਕੀਰਤਨ ਸੁਲਤਾਨਪੁਰ ਆਏਗਾ, 550 ਸਿਖਿਆਰਥੀ ਇੱਕੇ ਵਾਰ ਸਟੇਜ 'ਤੇ ਬੈਠ ਕੇ ਇਕੱਠਿਆਂ ਕੀਰਤਨ ਕਰਨਗੇ। ਸਭ ਤੋਂ ਪਹਿਲਾਂ 5 ਮਿੰਟ ਸ਼ਾਨ ਵੱਜੇਗੀ, ਫਿਰ 20 ਮਿੰਟ ਮੂਲ ਮੰਤਰ ਦਾ ਜਾਪ ਕਰਵਾਇਆ ਜਾਏਗਾ। ਅੱਜ ਤੱਕ ਤਾਂ ਸਾਡੀ ਕੌਮ ਦੀ ਇੰਨੀ 550 ਸਾਲ ਹੋ ਗਏ ਆ, ਇੰਨੀ ਦੁਰਦਿਸ਼ਾ ਮਾੜੀ ਹੈ, ਸਾਨੂੰ ਇਹ ਵੀ ਕਲੀਅਰ ਨਹੀਂ ਹੋ ਸਕਿਆ ਕਿ ਮੂਲ ਮੰਤਰ ਕਿੱਥੋਂ ਤੱਕ, ਉਹਦੇ 'ਤੇ ਲੜੀ ਜਾਂਦੇ ਹਾਂ। 20 ਮਿੰਟ ਮੂਲ ਮੰਤਰ ਦਾ ਜਾਪ ਕਰਵਾਇਆ ਜਾਏਗਾ ਰਬਾਬ ਦੇ ਨਾਲ, 20 ਮਿੰਟ ਜਦੋਂ ਕੀਰਤਨ ਦੇ ਰੂਪ ਵਿੱਚ ਸੰਗਤ ਮੂਲ ਮੰਤਰ ਦਾ ਜਾਪ ਕਰੇਗੀ, ਫਿਰ 15 ਮਿੰਟ ਲਈ ਆਸਾ ਰਾਗ ਵਿੱਚ ਇੱਕ ਸ਼ਬਦ ਗਾਇਨ ਹੋਏਗਾ, ਉਸ ਤੋਂ ਬਾਅਦ ਆਰਤੀ ਵਾਲਾ 30 ਮਿੰਟ ਲਈ ਸ਼ਬਦ ਗਾਇਨ ਹੋਏਗਾ, ਫਿਰ 15 ਮਿੰਟ ਲਈ ਇੱਕ ਮਾਝ ਰਾਗ ਦਾ ਜਾਂ ਟੋਡੀ ਰਾਗ ਦਾ, ਕਿਸੇ ਰਾਗ ਦਾ, ਗੁਰੂ ਨਾਨਕ ਸਾਹਿਬ ਜੀ ਦੇ ਇੱਕ ਰਾਗ ਦਾ ਇੱਕ ਸ਼ਬਦ ਗਾਇਨ ਹੋਏਗਾ। ਉਸ ਤੋਂ ਉਪਰੰਤ ਜਿਹੜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਰੋਜ਼ ਅੰਮ੍ਰਿਤ ਵੇਲੇ ਤੁਸੀਂ ਇੱਕ ਧੁਨ ਪੜ੍ਹਦੇ ਹੋ, ਜਦੋਂ ਸਤਿਗੁਰੂ ਜੀ ਦੀ ਪਾਲਕੀ ਸਾਹਿਬ ਆਉਂਦੀ ਹੈ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਇਹ ਆਸਾ ਰਾਗ ਵਿੱਚ ਹੈ, ਇਹ ਧੁਨ ਆਸਾ ਰਾਗ ਵਿੱਚ ਗਾਈ ਜਾਂਦੀ ਹੈ, ਔਰ ਉਹ ਧੁਨ ਸਰੰਗੀ ਦੇ ਨਾਲ, ਉਹ ਧੁਨ ਉਹ ਰਬਾਬ ਦੇ ਨਾਲ ਆਪ ਜੀ ਨੂੰ 15 ਮਿੰਟ ਵਾਸਤੇ ਜਾਪ ਕਰਵਾਇਆ ਜਾਏਗਾ, ਫਿਰ ਆਨੰਦ ਸਾਹਿਬ ਪੜ੍ਹ ਕੇ ਅਤੇ ਸਮਾਪਤੀ ਹੋਏਗੀ। ਇਹ ਇੱਕ ਸਮਾਗਮ ਦੀ ਰੂਪਰੇਖਾ ਹੈ, ਬਾਕੀ ਸਮਾਗਮਾਂ ਦੀ ਰੂਪਰੇਖਾ ਵੀ ਇਸੇ ਤਰ੍ਹਾਂ ਬਹੁਤ ਪਿਆਰ ਨਾਲ ਦੀਰਘ ਵਿਚਾਰਾਂ ਕਰਕੇ ਤਿਆਰੀ ਕੀਤੀ ਜਾ ਰਹੀ ਹੈ। ਆਪ ਜੀ ਦੇ ਸਹਿਯੋਗ ਦੀ ਲੋੜ ਹੈ, ਧੜਿਆਂ ਤੋਂ, ਪਾਰਟੀਆਂ ਤੋਂ, ਨਫ਼ਰਤ ਤੋਂ, ਸਾੜੇ ਤੋਂ ਉੱਪਰ ਉੱਠ ਕੇ ਪਿਆਰ ਵਿੱਚ, ਜਿਹੜੀ ਗੱਲ ਮੈਂ ਪਹਿਲਾਂ ਕਹੀ ਹੈ, ਪਿਆਰ ਵਿੱਚ ਮਿਲ ਕੇ ਗੁਰੂ ਨਾਨਕ ਸਾਹਿਬ ਜੀ ਦੇ ਦਰ ਦੇ ਉੱਤੇ ਆ ਕੇ ਨਤਮਸਤਕ ਜ਼ਰੂਰ ਹੋਇਓ ਜੇ, ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜੇ ਸੰਸਾਰ 'ਤੇ ਨਾ ਆਉਂਦੇ ਤਾਂ ਅੱਜ ਸਾਡੀ ਦੁਰਦਸ਼ਾ ਕੋਈ ਹੋਰ ਹੋਣੀ ਸੀ।
ਵਕਤ ਨਹੀਂ ਇਹਨੂੰ ਖੋਲਾਂ। ਮੇਰੀ ਹੱਥ ਜੋੜ ਕੇ ਬੇਨਤੀ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬੜੀ ਤਰਸ ਕਰਕੇ ਸਾਨੂੰ ਸਾਡੇ 'ਤੇ ਕਿਰਪਾ ਕੀਤੀ। ਸਾਰੀਆਂ ਸੰਗਤਾਂ ਨੂੰ ਇੱਕ ਬੇਨਤੀ ਜ਼ਰੂਰ ਕਰ ਦੇਵਾਂ, ਕਿਉਂਕਿ ਮੈਂ ਹਰ ਸਟੇਜ ਤੋਂ ਇਹ ਗੱਲ ਕਹਿੰਦਾ ਹੈ, ਜਦੋਂ ਕੋਈ ਵਿਆਹ ਹੋਵੇ ਅਤੇ ਕਾਰਡ ਦੇ ਛਪਿਆ ਹੋਵੇ ਲਿਖਿਆ ਹੁੰਦਾ ਮੇਰੇ ਚਾਚੂ ਦਾ ਵਿਆਹ ਹੈ, ਜਲੂਲ ਜਲੂਲ ਆਉਣਾ ਬੱਚਿਆਂ ਵੱਲੋਂ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦਰ ਦਾ ਬੱਚਾ ਹਾਂ, ਅਤੇ ਇਸ ਕਰਕੇ ਆਪ ਸੰਗਤਾਂ ਨੂੰ ਬੇਨਤੀ ਕਰਦਾ ਜਲੂਲ ਜਲੂਲ ਆਪ ਜੀ ਨੇ 550 ਸਾਲਾਂ 'ਤੇ ਦਰਸ਼ਨ ਦੇਣੇ, ਬੱਚਿਆਂ ਪਰਿਵਾਰਾਂ ਸਮੇਤ ਹਾਜ਼ਰੀਆਂ ਲਾਉਣੀਆਂ ਜੀ, ਫੁੱਲਾਂ ਦੀ ਖਿਮਾ, ਮੇਰੀਆਂ ਫੁੱਲਾਂ ਮੇਰੀ ਝੋਲੀ ਵਿੱਚ, ਗੁਰੂ ਦੇ ਬਚਨ ਆਪਣੇ ਹਿਰਦੇ ਵਿੱਚ ਵਸਾਉਣੇ, ਔਰ ਜੇ ਕੋਈ ਪੁੱਲ ਹੋ ਗਈ ਹੋਵੇ ਮੇਰੀ ਮੂਰਖ ਦੀ ਜਾਨ ਛੱਡ ਦੇਣੀ, ਇੱਕ ਅਰਦਾਸ ਗੁਰੂ ਚਰਨਾਂ ਵਿੱਚ ਮੇਰੇ ਵਾਸਤੇ ਵੀ ਕਰ ਦੇਣੀ, ਇਹ ਸਤਿਗੁਰੂ ਜੀ ਬੇਸ਼ੱਕ ਗਰੀਬੀ ਦਾ ਰਾਜ ਬਖਸ਼ੀ, ਇਹ ਪ੍ਰਸੀਸ ਅਤੇ ਸਿੱਖੀ ਦਾ ਤਾਜ ਬਖਸ਼ੀ, ਨਾਮ ਸਿਮਰਨ ਸਤਸੰਗ ਸਭਾ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਭਾਈ ਰਜਿੰਦਰ ਸਿੰਘ ਜੀ ਰੂਬੀ ਮੈਨੇਜਰ ਸਾਹਿਬ, ਹੋਰ ਵੀ ਸਮੁੱਚੇ ਸਟਾਫ ਪ੍ਰਬੰਧਕ ਜ਼ਿੰਮੇਵਾਰ ਆਏ, ਸਾਰੀਆਂ ਜ਼ਿੰਮੇਵਾਰ ਸ਼ਖਸੀਅਤਾਂ, ਗੁਰਦੁਆਰਾ ਸਾਹਿਬ ਦੇ ਪ੍ਰਬੰਧ, ਸੰਗਤਾਂ ਦਾ, ਭੈਣਾਂ ਵੀਰਾਂ ਦਾ, ਸਾਰਿਆਂ ਦਾ, ਰਾਗੀ ਜਥਿਆਂ ਦਾ, ਸਾਰਿਆਂ ਦਾ ਧੰਨਵਾਦ ਕਰਦਾ, ਖਿਮਾ ਚਾਹੁੰਦਾ। ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।